होल्डर कर ले भाई साढ़े सत्रह हाथ पर कीजिए अरे कीजिए ना <laughs> सीना लिख ले भाई पैंतीस नहीं चौतीस चौतीस की पैंतीस सर थोड़ा फुलाइए 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 साढ़े चौतीस लिख ले हाँ बेटे पापा मैंने बैंकिंग का एग्जाम क्लियर कर लिया आता हूँ बेटा सीना चालीस कर दो हैं जिम ज्वाइन कर लिया है सेवन बेटे ने अड्डा ट्वेंटी फोर सेवन ज्वाइन किया और बैंकिंग एग्जाम क्लियर किया अब जब बच्चे तरक्की करते हैं ना तो बाप का सीना तो चाड़ा हो ही जाता है अड्डा की एक्सपर्ट एंड फैकल्टी और क्वालिटी एजुकेशन से आप तैयार होते हैं बैंकिंग टीचिंग एस एस सी जैसे अनेक कम्पिटेटिव एग्जाम को क्लियर करने के लिए और एक अच्छा करियर बनाने के लिए अड्डा ट्वेंटी फोर सेवन जॉब है तो रॉब है ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਦੇ ਸਭ ਤੋਂ ਵੱਡੇ YouTube ਪਲੇਟਫਾਰਮ ਤੇ ਜਿਹਦਾ ਨਾਮ ਹੈ ਜੀ ਪੰਜਾਬ ਅੱਡਾ 24/7 ਮੇਰਾ ਨਾਮ ਹੈ ਮਸਕਾਨ ਕਸ਼ਯਪ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਾਇੰਸ ਸਟਾਰਟ ਕੀਤੀ ਹੋਈ ਸੀ ਜੀ ਤੇ ਆਪਣੀ ਕਲਾਸ ਡੇਲੀ 12 ਵਜੇ ਲਾਈਵ ਲੱਗਦੀ ਹੈ ਜੀ ਡੇਲੀ 12 ਵਜੇ ਦੇਖ ਰਹੇ ਹੋ ਤੁਸੀਂ 12 ਵਜੇ ਆਪਣੇ ਕੋਲ ਕਲਾਸ ਲੱਗਦੀ ਹੈ ਤੇ ਸਾਇੰਸ ਦੇ ਵਿੱਚ ਵੀ ਆਪਾਂ ਬਾਇਓ ਦੇ ਕਾਫੀ ਟੌਪਿਕਸ ਕਰ ਚੁੱਕੇ ਆ ਹੁਣ ਨਾਮ ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਜਿਵੇਂ ਸੈੱਲ ਹੋ ਗਏ ਟਿਸ਼ੂਜ਼ ਹੋ ਗਏ ਹਿਊਮਨ ਆਈ ਹਿਊਮਨ ਡਾਈਜੈਸਟਿਵ ਸਿਸਟਮ ਹਿਊਮਨ ਬ੍ਰੇਨ ਹੋਰ ਵੀ ਕਾਫੀ ਕੁਝ ਹਾਰਟ ਵੀ ਕਰਵਾਤਾ ਰੈਸਪੀਰੇਟਰੀ ਸਿਸਟਮ ਵੀ ਕਰਵਾਤਾ ਬਾਇਓ ਦੇ ਮੇਰੇ ਸਾਹਮਣੇ ਬਹੁਤ ਟੌਪਿਕਸ ਕਰਵਾਤੇ ਜੀ ਕਾਫੀ ਟੌਪਿਕਸ ਤੁਹਾਨੂੰ ਕਰਵਾ ਦਿੱਤੇ ਗਏ ਨੇ ਉਸ ਤੋਂ ਬਾਅਦ ਤੁਹਾਡੀ ਡਿਮਾਂਡ ਆਈ ਨਹੀਂ ਤਾਂ ਇਸ ਕਰਕੇ ਫਿਰ ਮੈਂ ਆਪਦੀ ਮਰਜ਼ੀ ਦਾ ਕੰਮ ਕਰ ਲਿਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਅਗਰ ਤੁਸੀਂ ਨਹੀਂ ਦੱਸੋਗੇ ਤਾਂ ਮੈਂ ਆਪਦੀ ਮਰਜ਼ੀ ਚਲਾ ਲੈਣੀ ਹੈ ਤੁਹਾਡੇ ਕੋਲ ਮੌਕਾ ਸੀਗਾ ਤਾਂ ਜਲਦੀ ਜਲਦੀ ਸੈਸ਼ਨ ਦੇ ਵਿੱਚ ਜੁੜ ਜੋ ਜੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਸੈਸ਼ਨ ਨੂੰ ਲਾਈਕ ਕਰ ਦਿਓ ਤੇ ਜਿਨ੍ਹਾਂ ਨੇ ਵੀ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਗੁੱਡ ਆਫਟਰਨੂੰ ਸਭ ਨੂੰ ਗੁੱਡ ਆਫਟਰਨੂੰ ਜਲਦੀ ਜਲਦੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਤੇ ਅੱਜ ਤੁਹਾਡੇ ਲਈ ਸੈਸ਼ਨ ਬਹੁਤ ਹੀ ਖਾਸ ਹੋਣ ਵਾਲਾ ਹੈ ਖਾਸ ਕਿਉਂ ਹੋਣ ਵਾਲਾ ਹੈ ਕਿਉਂਕਿ ਅੱਜ ਮੈਂ ਲੈ ਕੇ ਆ ਗਈ ਹਾਂ ਜੀ ਪ੍ਰੈਕਟਿਸ ਪ੍ਰੈਕਟਿਸ ਕੁਸ਼ਨਸ ਜੀਨ ਦੇ ਵਿੱਚ ਆਪਾਂ ਕੀ ਕਹਿੰਦੇ ਬਾਇਓ ਦੇ ਵਿੱਚ ਆਪਾਂ ਜਿੰਨਾ ਵੀ ਕੁਝ ਕੀਤਾ ਹੈ ਚਲੋ ਨਹੀਂ ਵੀ ਕੀਤਾ ਕੋਈ ਟੋਪਿਕ ਕੁਝ ਰਹਿ ਵੀ ਗਿਆ ਹੋਣਾ ਉਹਦੇ ਲਈ ਮੈਂ ਲੈ ਕੇ ਆ ਗਈਆਂ ਜੀ एमसीक्यूज एमसीक्यूज ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਹਾਂ ਕਿ ਐਗਜ਼ਾਮ ਵਿੱਚ ਕੁਐਸਚਨ ਕਿਸ ਤਰ੍ਹਾਂ ਦਾ ਬਣ ਸਕਦਾ ਹੈ ਤਾਂ ਮੈਂ ਕੁਐਸਚਨ ਉਦਾਂ ਦੇ ਹੀ ਲੈ ਕੇ ਆਈਆਂ ਹਾਂ ਜੋ ਕਿ ਐਗਜ਼ਾਮ ਵਿੱਚ ਆ ਸਕਦੇ ਨੇ ਤਾਂ ਫਿਰ ਕਰਦੇ ਸੈਸ਼ਨ ਸਟਾਰਟ ਕਰਦੇ ਸੈਸ਼ਨ ਸਟਾਰਟ ਤਾਂ ਦੱਸੋ ਜੀ ਜਲਦੀ ਜਲਦੀ हां जी पवित्र सिंह बलजीत कौर रमनदीप कौर हरपाल सब नु गुड आफ्टरनून जी सब नु सत श्री अ मैं न्यू स्टूडेंट कोई गल नहीं जी न्यू होता कोई टेंशन लेने वाली गल नहीं हैगी आज आपा चीज भी अपन नवी ਕਰ ਰਹੇ ਆ ਟਾਪਿਕ ਨਹੀਂ ਕਰ ਰਹੇ ਆਪਾਂ ਟਾਪਿਕ ਨਹੀਂ ਕਰ ਰਹੇ ਅੱਜ ਆਪਾਂ ਕਰ ਰਹੇ ਜੀ ਬਾਇਓਲੋਜੀ ਦੇ ਕੁਐਸਚਨਸ ਐਮਸੀਕਿਊਜ਼ ਦੇ ਥਰੂ ਆਪਾਂ ਦੇਖਾਂਗੇ ਐਗਜ਼ਾਮ ਵਿੱਚ ਕੀ ਆਏਗਾ ਚਲੋ ਜੀ ਫਿਰ ਆਪਾਂ ਸੈਸ਼ਨ ਨੂੰ ਸਟਾਰਟ ਕਰ ਦਿੰਨੇ ਆ ਇਹ ਗੱਲਾਂ ਬਾਤਾਂ ਦਾ سلسلہ ਤਾਂ ਚੱਲਦਾ ਹੀ ਰਹੇਗਾ ਖਤਮ ਨਹੀਂ ਹੋਣਾ ਤਾਂ ਸੈਸ਼ਨ ਨੂੰ ਸਟਾਰਟ ਕਰਨ ਤੋਂ ਪਹਿਲਾਂ ਫੇਰ ਉਹੀ ਕੀ ਹੈ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਫੇਰ ਹੁਣ ਆਨ ਜਾ ਰਿਹਾ ਜੀ ਪਹਿਲਾ ਕੁਸ਼ਣ ਕੀ ਆਨ ਜਾ ਰਿਹਾ ਜੀ ਪਹਿਲਾ ਕੁਸ਼ਣ ਤਾਂ ਧਿਆਨ ਦਿਓ ਜੀ ਜਿਹਨੂੰ ਪਤਾ ਹੋਏ ਉਹ ਆਨਸਰ ਕਰਿਓ ਜਿਨ੍ਹਾਂ ਨੂੰ ਨਹੀਂ ਪਤਾ ਹੋਇਆ ਮੈਂ ਆਨਸਰ ਕਰ ਦੂੰਗੀ ਮੈਂ ਸਮਝਾ ਦੂੰਗੀ ਟੈਨਸ਼ਨ ਨਹੀਂ ਲੈਣੀ ਲਓ ਜੀ ਪਹਿਲਾ ਕੁਸ਼ਣ ਵਿਚ ਇਸ ਦਾ ਲਾਰਜੇਸਟ ਆਰਗਨ ਇਨ ਹਿਊਮਨ ਬੀਇੰਗਸ ਕੈਨ ਦੇ ਹਿਊਮਨ ਬੀਇੰਗਸ ਦੇ ਵਿੱਚ ਲਾਰਜੇਸਟ ਆਰਗਨ ਕਿਹੜਾ ਹੁੰਦਾ ਹੈ ਸਭ ਤੋਂ ਵੱਡਾ ਆਰਗਨ ਕਿਹੜਾ ਹੁੰਦਾ ਹੈ ਦੇਖੋ ਜੀ ਆਪਸ਼ਨ ਸਕਿਨ ਲਾਰਜ ਇੰਟੈਸਟਾਈਨ ਸਮਾਲ ਇੰਟੈਸਟਾਈਨ ਯਾ ਫਿਰ ਲੀਵਰ ਦੱਸੋ ਜੀ ਦੱਸੋ ਜੀ ਕਿਹੜਾ ਹੁੰਦਾ ਹੈ ਆਂਸਰ ਸਭ ਨੇ ਕਰਨਾ ਹੈ ਜੀ ਸਹੀ ਦੋ ਗਲਤ ਦੋ ਆਂਸਰ ਮੈਂ ਜ਼ਰੂਰ ਦੱਸੂਗੀ ਉਸ ਤੋਂ ਬਾਅਦ ਸਾਇੰਸ ਦੀ ਵੀਡੀਓਜ਼ ਦੀ ਆਪਣੇ ਕੋਲ ਪਲੇਲਿਸਟ ਬਣੀ ਹੋਏਗੀ ਆਪਣੇ ਚੈਨਲ ਦੇ ਉੱਤੇ ਹੀ ਪੰਜਾਬ ਅੱਡਾ 247 ਦੀ ਪਲੇਲਿਸਟ ਦੇ ਵਿੱਚ ਚੈੱਕ ਕਰੋਗੇ ਤਾਂ ਉੱਥੇ ਪੀਪੀਐਸਸੀ ਕਰਕੇ ਬੈਚ ਲਈ ਬਣਿਆ ਹੋਏਗਾ ਤੇ ਨਾਲ ਉਹਦੇ ਵਿੱਚ ਸਾਇੰਸ ਦੀ ਕਲਾਸਿਸ ਹੋਣਗੀਆਂ ਜੀ ਆਨਸਰ ਆਨੇ ਸ਼ੁਰੂ ਹੋ ਗਏ ਕੋਈ ਕਹਿ ਰਿਹਾ ਹੈ ਇਹ ਕੋਈ ਕਹਿ ਰਿਹਾ ਹੈ ਡੀ ਕੋਈ ਕਹਿ ਰਿਹਾ স্মਲ ਇੰਟੈਸਟਾਈਨ ਕੋਈ ਕਹਿ ਰਿਹਾ ਲੀਵਰ ਮਤਲਬ ਸਾਰਿਆਂ ਦੇ ਆਨਸਰ ਡਿਫਰੈਂਟ ਡਿਫਰੈਂਟ ਅਗਰ ਆਨਸਰ ਡਿਫਰੈਂਟ ਹੋਣ ਤਾਂ ਇਹਦਾ ਮਤਲਬ ਕੀ ਹੁੰਦਾ ਜੀ ਇਹਦਾ ਮਤਲਬ ਹੁੰਦਾ ਹੈ ਕਿ ਥੋੜੀ ਬਹੁਤ ਕਿਤੇ ਨਾ ਕਿਤੇ ਕਿਸ ਸਭ ਨੂੰ ਕਨਫਿਊਜ਼ ਹੈ ਨਾ ਕਿ ਪਤਾ ਨਹੀਂ ਹੈ ਕਿ ਕਿਹੜਾ ਆਰਗਨ ਲਾਰਜੇਸਟ ਹੋਏਗਾ ਐਕਚੁਅਲੀ ਇਹ ਮੈਂ ਤੁਹਾਨੂੰ ਦੱਸਿਆ ਵੀ ਨਹੀਂ ਹੈ ਬਟ ਅੱਜ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਇੱਕ ਵਾਰ ਸਾਰਿਆਂ ਨੇ ਆਨਸਰ ਕਰਨਾ ਜੀ ਇੱਕ ਵਾਰ ਸਭ ਨੇ ਆਨਸਰ ਕਰਨਾ ਹੈ ਫਿਰ ਮੈਂ ਦੱਸੂਗੀ ਜੀ ਲੀਵਰ ਡੀ ਸਕਿਨ ਬੀ ਏ ਸਾਰਿਆਂ ਦਾ ਆਨਸਰ ਏ ਬੀ ਸੀ ਡੀ ਆ ਰਿਹਾ ਹੈ ਤਾਂ ਫਿਰ ਦੱਸ ਦਿਓ ਸਭ ਨੂੰ ਆਨਸਰ ਕੀ ਹੋਏਗਾ ਇਹ ਨਾ ਇਹਦਾ ਆਨਸਰ ਆਏਗਾ ਜੀ অপਸ਼ਨ ਨੰਬਰ A অপਸ਼ਨ ਨੰਬਰ A ਕੀ ਆਏਗਾ ਜੀ অপਸ਼ਨ ਨੰਬਰ A ਤਾਂ ਫਿਰ ਜਿਨ੍ਹਾਂ ਨੇ ਵੀ ਆਨਸਰ A ਕਿੱਤਾ ਜੀ ਬਿਲਕੁਲ ਸਹੀ ਹੈ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਸਕਿਨ ਕਿਵੇਂ ਲਾਰਜੈਸਟ ਆਰਗਨ ਹੈ ਸਕਿਨ ਕਿ ਲਾਰਜੈਸਟ ਆਰਗਨ ਕਿਵੇਂ ਹੈ ਦੇਖੋ ਜੀ ਆਪਣੇ ਕੋਲ ਕੀ ਹੈ ਜੀ ਲਾਰਜ ਇੰਟਰਸਟਾਈਨ ਇੱਥੇ ਲਿਖਿਆ ਹੈ স্মॉल ਇੰਟਰਸਟਾਈਨ ਲਿਖਿਆ ਹੈ ਲੀਵਰ ਲਿਖਿਆ ਹੈ ਉੱਥੇ ਦਾ ਮਤਲਬ ਜਾਂ ਤਾਂ ਇਹ ਕਿੰਨੇ ਕਿ ਵੱਡੇ ਹੋ ਜਾਣਗੇ ਬਟ ਸਕਿਨ ਸਕਿਨ ਤੁਸੀਂ ਦੇਖ ਰਹੇ ਹੋ ਪੂਰੀ ਬਾਡੀ ਹੈ ਪੂਰੀ ਬਾਡੀ ਦੇ ਉੱਪਰ ਕੀ ਲੱਗੀ ਹੋਈ ਹੈ ਜੀ ਸਕਿਨ ਤਾਂ ਮੇਰੇ ਹਿਸਾਬ ਨਾਲ ਸਕਿਨ ਤੋਂ ਵੱਡੀ ਕੋਈ ਮਤਲਬ ਸਕਿਨ ਤੋਂ ਲਾਰਜੇਸਟ ਆਰਗਨ ਹੋ ਹੀ ਨਹੀਂ ਸਕਦਾ ਕੋਈ ਕਿਉਂਕਿ ਪੂਰੀ ਸਕਿਨ ਨੇ ਹੀ ਆਪਣੀ ਬਾਡੀ ਨੂੰ ਕਵਰ ਕਰ ਰੱਖਿਆ ਪੂਰੀ ਸਕਿਨ ਨੇ ਹੀ ਆਪਣੀ ਬਾਡੀ ਨੂੰ ਕਵਰ ਕਰ ਰੱਖਿਆ ਹੈ ਨਾ ਤਾਂ ਇਹ ਸਭ ਤੋਂ ਵੱਡਾ ਆਰਗਨ ਮੰਨਿਆ ਜਾਂਦਾ ਹੈ ਜੀ ਹਿਊਮਨ ਬੀਇੰਗਸ ਦੇ ਵਿੱਚ ਤੇ ਇਹ ਕੁਐਸਚਨ ਐਗਜ਼ਾਮ ਵਿੱਚ ਆਇਆ ਹੋਇਆ ਕੁਐਸਚਨ ਹੈ ਤਾਂ ਹੀ ਉਹ ਮੈਂ ਤੁਹਾਨੂੰ ਪਹਿਲੇ ਨੰਬਰ ਤੇ ਪਾਇਆ ਹੈ ਜੀ ਪਹਿਲੇ ਨੰਬਰ ਤੇ ਇਹ ਕੁਐਸਚਨ ਤਾਂ ਹੀ ਉਹ ਪਾਇਆ ਹੈ ਕਿਉਂਕਿ ਇਹ ਐਗਜ਼ਾਮ ਵਿੱਚ ਆਇਆ ਹੋਇਆ ਕੁਐਸਚਨ ਹੈ ਸਕਿਨ ਇਜ਼ ਦਾ ਲਾਰਜੈਸਟ ਆਰਗਨ ਇਨ ਦਾ ਹਿਊਮਨ ਬੀਇੰਗਸ ਹੁਣ ਮੈਂ ਤੁਹਾਨੂੰ ਉਹੀ ਵਾਲੀ ਚੀਜ਼ ਦੁਬਾਰਾ ਦੱਸ ਦਿੰਨੀ ਹੈ ਕਿ ਸਭ ਤੋਂ ਛੋਟਾ ਕੀ ਹੁੰਦਾ ਹੈ ਜੀ ਸੈੱਲ ਉਸ ਤੋਂ ਬਾਅਦ ਕੀ ਹੁੰਦਾ ਹੈ ਜੀ ਟਿਸ਼ੂਸ ਕੀ ਹੁੰਦਾ ਹੈ ਜੀ ਟਿਸ਼ੂਸ ਟਿਸ਼ੂਸ ਨੂੰ ਮਿਲਾ ਕੇ ਕੀ ਬਣਦਾ ਹੈ ਜੀ ਆਰਗਨ ਆਰਗਨ ਨੂੰ ਮਿਲਾ ਕੇ ਕੀ ਬਣਦਾ ਹੈ ਜੀ ਆਰਗਨ ਸਿਸਟਮ ਕੀ ਬਣਦਾ ਹੈ ਜੀ ਆਰਗਨ ਸਿਸਟਮ ਤੇ ਉਸ ਤੋਂ ਬਾਅਦ ਆਰਗਨ ਸਿਸਟਮ ਨੂੰ ਬਣਾ ਕੇ ਕੀ ਬਣਦਾ ਹੈ ਜੀ ਲੀਵਿੰਗ ਬੀਂਗ ਕੀ ਬਣਦਾ ਹੈ ਜੀ ਲੀਵਿੰਗ ਬੀਂਗ ਸਾਹੂ ਨੇ ਗੱਲ ਚੱਲ ਰਹੀ ਸੀ ਜੀ ਆਰਗਨ ਦੀ ਆਰਗਨ ਕੀ ਦੇ ਨਾਲ ਮਿਲ ਕੇ ਬਣਿਆ ਹੋਣਾ ਬਹੁਤ ਸਾਰੇ ਟਿਸ਼ੂਸ ਅਪ ਮੈਂ ਤੁਹਾਨੂੰ ਟਿਸ਼ੂਸ ਚੈਪਟਰ ਸੀ ਦੱਸਿਆ ਸੀ ਨਾ ਕਿ ਜਿਹੜੇ ਮੰਨ ਲਓ ਸਕਿਨ ਦੇ ਟਿਸ਼ੂਸ ਹੁੰਦੇ ਨੇ ਸਕਿਨ ਦੇ ਵਿੱਚ ਵੀ ਟਿਸ਼ੂਸ ਹੁੰਦੇ ਨੇ ਤੇ ਟਿਸ਼ੂਸ ਦੇ ਵਿੱਚ ਵੀ ਕੀ ਹੋਣਗੇ ਸੈਲਸ ਹੋਣਗੇ ਤਾਂ ਲਓ ਜੀ ਪਹਿਲਾ ਕੁਐਸਚਨ ਸਮਝ ਆ ਗਿਆ ਨੈਕਸਟ ਕਰੀਏ ਪਹਿਲਾ ਕੁਐਸਚਨ ਸਮਝ ਆ ਗਿਆ ਤਾਂ ਨੈਕਸਟ ਕਰ ਲੀਏ ਜੀ ਦੱਸੋ ਚਲੋ ਜੀ ਫਿਰ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ ਨੈਕਸਟ ਕੁਐਸਚਨ ਦੇਖੋ ਡਾਇਬੀਟੀਜ਼ ਇਜ਼ ਕੌਜ਼ਡ ਬਾਏ ਕਹਿੰਦੇ ਜਿਹੜੇ ਡਾਇਬੀਟੀਜ਼ ਨਾਮ ਦੀ ਬਿਮਾਰੀ ਹੁੰਦੀ ਉਹ ਕਿਉਂ ਹੁੰਦੀ ਹੈ ਐਕਸੈਸ ਆਫ ਇਨਸੂਲਿਨ ਲੋ ਪ੍ਰੋਡਕਸ਼ਨ ਆਫ ਇਨਸੂਲਿਨ ਮਲ ਫੰਕਸ਼ਨ ਆਫ ਲੀਵਰ ਜਾਂ ਫਿਰ ਹਾਇਰ ਹਾਇਰ ਪ੍ਰੋਡਕਸ਼ਨ ਆਫ ਬਿਲੀਰੂਬਿਨ ਦੱਸੋ ਜੀ ਆਨਸਰ ਕੀ ਹੁੰਦਾ ਮੈਂ ਦ ਸਮਝਾਉਂਗੀ ਅਗਰ ਦੇਖੋ ਕੋਈ ਗੱਲ ਨਹੀਂ ਅਗਰ ਕਿਸੇ ਨੂੰ ਆਨਸਰ ਨਹੀਂ ਵੀ ਆ ਰਹੀ ਜਾਂ ਫਿਰ ਕਿਸੇ ਨੂੰ ਸਮਝ ਨਹੀਂ ਵੀ ਆ ਰਿਹਾ ਟੈਨਸ਼ਨ ਨਾ ਲਓ ਇੱਕ ਵਾਰ ਜਸਟ ਆਪਣਾ ਕੀ ਕਹਿੰਦੇ ਦਿਮਾਗ ਚਲਾਣ ਦੀ ਕੋਸ਼ਿਸ਼ ਕਰੋ ਅਗਰ ਤੁਹਾਨੂੰ ਆਨਸਰ ਆ ਰਿਹਾ ਤਾਂ ਕਰੋ ਠੀਕ ਹੈ ਅਗਰ ਗਲਤ ਵੀ ਕਰ ਰਹੇ ਹੋ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਮੈਂ ਕਿਸੇ ਨੂੰ ਗੋਲੀ ਨਹੀਂ ਮਾਰਨ ਲੱਗੀ ਜਿਨ੍ਹਾਂ ਨੇ ਹੁਣ ਪਹਿਲਾ ਦਾ ਆਨਸਰ ਗਲਤ ਦਿੱਤਾ ਮੈਂ ਕਿਸੇ ਨੂੰ ਕੋਈ ਗੋਲੀ ਨਹੀਂ ਮਾਰੀ ਆਨਸਰ ਜਸਟ ਦੇਣਾ ਹੈ ਆਨਸਰ ਜਸਟ ਦੇਣਾ ਹੈ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰੀ ਸਮਝਾਉਂਗੀ ਦੱਸੋ ਜੀ ਆਨਸਰ ਆ ਰਿਹਾ ਕੋਈ ਕਹਿ ਰਿਹਾ ਹੈ ਏ ਕੋਈ ਕਹਿ ਰਿਹਾ ਹੈ ਬੀ ਕੋਈ ਕਹਿ ਰਿਹਾ ਹੈ ਏ ਕੋਈ ਕਹਿ ਰਿਹਾ ਹੈ ਬੀ ਦੱਸੋ ਜੀ ਆਨਸਰ ਸਭ ਦਾ ਆਣਾ ਚਾਹੀਦਾ ਜੀ ਸਭ ਦਾ ਆਨਸਰ ਆਣਾ ਚਾਹੀਦਾ ਦੱਸੋ ਜੀ ਆਨਸਰ ਕੀ ਆਏਗਾ ਕੋਈ ਕਹਿ ਰਿਹਾ اے ਕੋਈ ਕਹਿ ਰਿਹਾ ਬੀ ਮਤਲਬ ਆਨਸਰ اے ਤੇ ਬੀ ਦੇ ਵਿੱਚ ਘੁੰਮ ਰਿਹਾ ਆਨਸਰ اے ਤੇ ਬੀ ਦੇ ਵਿੱਚ ਘੁੰਮ ਰਿਹਾ ਚਲੋ ਜੀ ਫਿਰ ਆਪਾਂ ਆਨਸਰ ਕਰ ਦਿੰਨੇ ਆ ਹੁਣ ਸਭ ਤੋਂ ਪਹਿਲਾਂ ਦੇਖਦੇ ਡਾਇਬੀਟਿਸ ਹੁੰਦੀ ਕੀ ਹੈ ਡਾਇਬੀਟਿਸ ਨੂੰ ਤੁਸੀਂ ਸ਼ਾਇਦ ਸ਼ੂਗਰ ਦੇ ਨਾਮ ਨਾਲ ਵੀ ਜਾਣਦੇ ਹੋ ਕਿ ਸ਼ੂਗਰ ਦੀ ਬਿਮਾਰੀ ਹੁੰਦੀ ਏਦਾਂ ਕੁਝ ਠੀਕ ਹੈ ਤਾਂ ਫਿਰ ਦੇਖੋ ਇਹਦੇ ਵਿੱਚ ਕੀ ਹੁੰਦਾ ਜੀ ਇਹਦਾ ਆਨਸਰ ਵੈਸੇ ਆਏਗਾ ਜੀ ਬੀ ਲੋ ਪ੍ਰੋਡਕਸ਼ਨ ਆਫ ਇਨਸੂਲਿਨ ਕੀ ਹੁੰਦਾ ਹੈ ਜੀ ਲੋ ਪ੍ਰੋਡਕਸ਼ਨ ਆਫ ਇਨਸੂਲਿਨ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਜੀ ਇਨਸੂਲਿਨ ਆਪਣੇ ਕੋਲ ਇੱਕ ਤਰ੍ਹਾਂ ਦਾ ਹਾਰਮੋਨ ਹੁੰਦਾ ਹੈ ਜੋ ਕਿ ਕੀ ਕਹਿੰਦੇ ਐ ਪੈਨਕ੍ਰੀਆ ਸੈਕ੍ਰੀਟ ਕਰਦਾ ਹੈ ਕੌਣ ਕਰਦਾ ਹੈ ਜੀ ਪੈਨਕ੍ਰੀਆਜ਼ ਪੈਨਕ੍ਰੀਆਜ਼ ਨਾਮ ਸੁਣਿਆ ਸੀ ਨਾ ਤੁਸੀਂ ਪੈਨਕ੍ਰੀਆ ਸੈਕ੍ਰੀਟ ਕਰਦਾ ਹੈ ਜੀ ਇਨਸੂਲੀਨ ਤਾਂ ਅਗਰ ਉਹ ਪੈਨਕ੍ਰੀਆਜ਼ ਮਤਲਬ ਇਨਸੂਲੀਨ ਘੱਟ ਸੈਕ੍ਰੀਟ ਕਰਨਾ ਸ਼ੁਰੂ ਕਰ ਦੇ ਜਾਂ ਫਿਰ ਪ੍ਰੋਡਕਸ਼ਨ ਉਹਦੀ ਲੋ ਹੋ ਜੇ ਤਾਂ ਡਾਇਬੀਟਿਸ ਹੋ ਜਾਂਦੀ ਹੈ ਜੀ ਡਾਇਬੀਟਿਸ ਹੋ ਜਾਂਦੀ ਹੈ ਤਾਂ ਤੁਸੀਂ ਇਹ ਚੀਜ਼ ਦੇਖੀ ਹੋਣੀ ਕਿ ਜਿਨ੍ਹਾਂ ਨੂੰ ਡਾਇਬੀਟਿਸ ਹੁੰਦੀ ਉਹਨਾਂ ਨੂੰ ਇਨਸੂਲੀਨ ਦੇ ਇੰਜੈਕਸ਼ਨ ਲੱਗਦੇ ਆ ਸੁਨਿਆ ਹੋਣਾ ਕਦੇ ਕਦੇ ਸੁਣੀ ਲਿਆ ਹੋਣਾ ਕਿ ਤੋ ਕਿ ਇਨਸੂਲੀਨ ਦੇ ਇੰਜੈਕਸ਼ਨ ਲੱਗਦੇ ਆ ਜਾਂ ਫਿਰ ਇਨਸੂਲੀਨ ਪ੍ਰੋਵਾਈਡ ਕੀਤਾ ਜਾਂਦਾ ਉਹਦੇ ਬੋਡੀ ਦੇ ਵਿੱਚ ਦਿੱਤਾ ਜਾਂਦਾ ਹੈ ਗੱਲ ਸਮਝ ਆ ਗਈ ਕਿ ਡਾਇਬੀਟਿਸ ਸਮਝ ਆ ਗਈ ਜੀ ਕਿ ਡਾਇਬੀਟਿਸ ਕਿਉਂ ਹੁੰਦਾ ਹੈ ਲੋ ਪ੍ਰੋਡਕਸ਼ਨ ਆਫ ਇਨਸੂਲਿਨ ਕਰਕੇ ਇਨਸੂਲਿਨ ਕਿੱਥੋਂ ਪ੍ਰੋਡਿਊਸ ਹੁੰਦਾ ਹੈ ਜੀ ਪੈਨਕ੍ਰੀਆਸ ਤੋਂ ਪ੍ਰੋਡਿਊਸ ਹੁੰਦਾ ਹੈ ਤੇ ਜਿਨ੍ਹਾਂ ਨੂੰ ਡਾਇਬੀਟਿਸ ਹੋ ਜਾਂਦੀ ਉਹ ਮਤਲਬ ਇਨਸੂਲਿਨ ਦੇ ਇੰਜੈਕਸ਼ਨ ਵਗੈਰਾ ਲੈਂਦੇ ਆ ਆ ਇੰਨੀ ਕੀ ਗੱਲ ਸੀ ਅਗਲਾ ਕੁਐਸਚਨ ਕਰ ਲਈਏ ਜੀ ਅਗਲਾ ਕੁਐਸਚਨ ਕਰ ਲਈਏ ਦੇਖੋ ਜੀ ਡੈਫੀਸ਼ੀਐਂਸੀ ਆਫ ਵਿਚ ਆਫ ਦਾ ਫਾਲੋਇੰਗ ਕਾਜ਼ਸ ਨਾਨ ਕਲਾਟਿੰਗ ਆਫ ਬਲੱਡ ਕਹਿੰਦੇ ਕਿ ਇਹ ਇਹਨਾਂ ਵਿੱਚੋਂ ਕਿਹੜੇ ਵਿਟਾਮਿਨ ਦੀ ਕਮੀ ਹੋਣ ਕਰਕੇ ਬਲੱਡ ਕਲਾਟ ਕਰਨਾ ਬੰਦ ਕਰ ਜਾਂਦਾ ਹੈ ਬਲੱਡ ਕਲਾਟ ਹੂੰ ਬਲੱਡ ਕਲੌਟ ਬਾਰੇ ਦੱਸਿਆ ਸੀ ਜਿਵੇਂ ਤੁਹਾਨੂੰ ਸ਼ਾਇਦ ਕੱਲ ਜਾਂ ਪਰਸੋ ਦੱਸਿਆ ਹੋਣਾ ਕਿ ਬਲੱਡ ਕਲੌਟਿੰਗ ਕੀ ਹੁੰਦੀ ਹੈ ਬਲੱਡ ਕਲੌਟਿੰਗ ਮੈਂ ਤੁਹਾਨੂੰ ਦੱਸੀ ਸੀ ਕਿ ਮੰਨ ਲਓ ਕਿ ਅਗਰ ਕਿਤੇ ਵੀ ਕੱਟ ਵੱਜ ਗਿਆ ਆਪਣੀ ਬਾਡੀ ਪਾਰਟ ਤੇ ਮੰਨ ਲਓ ਹੱਥ ਤੇ ਕੱਟ ਵੱਜ ਗਿਆ ਤਾਂ ਫਿਰ ਕੀ ਕੱਟ ਵੱਜਦਾ ਤਾਂ ਬਲੱਡ ਬਾਹਰ ਆਣਾ ਸ਼ੁਰੂ ਹੋ ਜਾਂਦਾ ਬਲੱਡ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਤਾਂ ਬਲੱਡ ਕਲੌਟਿੰਗ ਹੁੰਦੀ ਹੈ ਕਿ ਮਤਲਬ ਨਾ ਉੱਥੇ ਖੂਨ ਜਮਣਾ ਸ਼ੁਰੂ ਕਰ ਦਿੰਦਾ ਮਤਲਬ ਜਿੱਥੇ ਕੱਟ ਵੱਜਿਆ ਹੈ ਉਹਨੂੰ ਅਗਰ ਥੋੜਾ ਪ੍ਰੈਸ ਕਰਕੇ ਰੱਖੋਗੇ ਤਾਂ ਉੱਥੇ ਖੂਨ ਜੰਮ ਜਾਏਗਾ ਇਹ ਖੂਨ ਜੰਮਣ ਨੂੰ ਇਹਪਾਂ ਕੀ ਕਹਦੇ ਨੇ ਜੀ ਕਲੋਟਿੰਗ ਕਹਦੇ ਨੇ ਤੇ ਜੇ ਅਗਰ ਬਲੱਡ ਕਲੋਟਿੰਗ ਨਾ ਹੋਏ ਬਲੱਡ ਕਲੋਟਿੰਗ ਨਹੀਂ ਹੋਏਗੀ ਤਾਂ ਖੂਨ ਸਾਰਾ ਬਾਡੀ ਦਾ ਬਾਹਰ ਆ ਜਾਂਦਾ ਹੈ ਜੀ ਤਾਂ ਦੱਸੋ ਇਹ ਕਿਹੜੀ ਡਿਫੀਸ਼ੀਅਨਸੀ ਮਤਲਬ ਕਿਹੜੀ ਵਿਟਾਮਿਨ ਦੀ ਡਿਫੀਸ਼ੀਅਨਸੀ ਹੋਣ ਕਰਕੇ ਬਲੱਡ ਕਲੋਟ ਕਰਨਾ ਹਟ ਜਾਂਦਾ ਹੈ ਇਹ ਤਾਂ ਅਨਸਰ ਸਬਦ ਸਹੀ ਹੋਣਾ ਚਾਹੀਦਾ ਹਾਂਜੀ ਸਭ ਸਹੀ ਦੇ ਰਹੇ ਹੈ ਵਿਟਾਮਿਨ ਕੇ ਵਿਟਾਮਿਨ ਕੇ ਵਿਟਾਮਿਨ ਕੇ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਵਿਟਾਮਿਨ ਕੇ ਹੀ ਅਨਸਰ ਆਏਗਾ ਤੇ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਮੋਸਟ ਇੰਪੋਰਟੈਂਟ ਕੁਐਸਚ ਮੋਸਟ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੈ ਜੀ ਇੰਨੀ ਗੱਲ ਸਮਝ ਆ ਗਈ ਸਭ ਨੂੰ ਇਹ ਜਾ ਕੁਐਸਚਨ ਸਭ ਨੂੰ ਸਮਝ ਆ ਗਿਆ ਜੀ ਚਲੋ ਜੀ ਫਿਰ ਨੈਕਸਟ ਕੁਐਸਚਨ ਕਰਦੇ ਹਾਂ ਨੈਕਸਟ ਕੁਐਸਚਨ ਕਰਦੇ ਹਾਂ the process of producing energy in plants is known as matlab jadon plants de vich energy produce ho rahi hai us procedure nu apa ki kehne ya fir us process nu apa ki kehne option is absorption second number is reduction third one is photosynthesis and fourth one is transpiration dasso ji inna charan ch ki hovega jadon plants de vich energy produce hundi hai ta odo उदो उस प्रोसीजर की कहने? या जी आंसर, आंसर दसो जी आंसर आने शुरू हो गए ऑप्शन सी ऑप्शन सी ऑप्शन सी कोई ऑप्शन डी भी कह रहे हैं कोई कह रहा है सी कोई कह रहा है बी ਤਾਂ ਫਿਰ ਆਪਾਂ ਦੱਸ ਦਿੰਨੇ ਆ ਜੀ ਇਹਦਾ ਆਨਸਰ ਕੀ ਹੋਏਗਾ ਜੀ ਇਹਦਾ ਆਨਸਰ ਹੋਏਗਾ ਜੀ ਫੋਟੋਸਿੰਥਸਿਸ ਕੀ ਹੁੰਦਾ ਹੈ ਜੀ ਫੋਟੋਸਿੰਥਸਿਸ ਹੁਣ ਮੈਂ ਤੁਹਾਨੂੰ ਥੋੜਾ ਇਹ ਫੋਟੋਸਿੰਥਸਿਸ ਬਾਰੇ ਦੱਸ ਦਿੰਨੇ ਆ ਜੀ ਫੋਟੋਸਿੰਥਸਿਸ ਇੱਕ ਇਹੋ ਜਿਹਾ ਪ੍ਰੋਸੀਜਰ ਹੁੰਦਾ ਹੈ ਜਦੋਂ ਪਲਾਂਟਸ ਆਪਣਾ ਫੂਡ ਖੁਦ ਪ੍ਰਿਪੇਅਰ ਕਰਦੇ ਆ ਆਪਣਾ ਫੂਡ ਖੁਦ ਪ੍ਰਿਪੇਅਰ ਕਰਦੇ ਵਿਦ ਦਾ ਹੈਲਪ ਆਫ ਸਨਲਾਈਟ ਵਿਦ ਦਾ ਹੈਲਪ ਆਫ ਸਨਲਾਈਟ ਐਂਡ ਐਂਡ ক্লোਰੋਫਿਲ 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 ਬਾਰੇ ਵੀ ਦੱਸਿਆ ਸੀ ਤੁਹਾਨੂੰ ক্লোਰੋਫਿਲ ਕੀ ਹੁੰਦਾ ਗ੍ਰੀਨ ਕਲਰ ਦਾ ਪਿਗਮੈਂਟ ਹੁੰਦਾ ਹੈ ਕੀ ਹੁੰਦਾ ਜੀ ਗ੍ਰੀਨ ਕਲਰ ਦਾ ਪਿਗਮੈਂਟ ਹੁੰਦਾ ਹੈ ਜੋ ਕਿ ਪਲਾਂਟਸ ਦੇ ਵਿੱਚ ਪਾਇਆ ਜਾਂਦਾ ਹੈ ਜੋ ਕਿ ਪਲਾਂਟਸ ਦੇ ਵਿੱਚ ਪਾਇਆ ਜਾਂਦਾ ਹੈ ਜਦੋਂ ਜਦੋਂ ਵੀ ਪਲਾਂਟਸ ਜਦੋਂ ਵੀ ਪਲਾਂਟਸ ਵਿਦ ਦਾ ਹੈਲਪ ਆਫ ਸਨਲਾਈਟ ਐਂਡ ক্লোਰੋਫਿਲ ਆਪਣਾ ਫੂਡ ਬਣਾਉਂਦੇ ਨੇ ਤਾਂ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਜੀ ਫੋਟੋਸਿੰਥੇਸਿਸ ਕਹਿ ਦਿੰਨੇ ਆ ਕੀ ਕਹਿ ਦਿੰਨੇ ਆ ਜੀ ਫੋਟੋਸਿੰਥੇਸਿਸ ਹੁੰਦੇ ਹੁੰਦੇ ਕੋ ਫੂਡ ਪ੍ਰੋਡਿਊਸ ਕਿੱਤੈ ਮੀਨਸ ਫੂਡ ਨਾਲ ਕੀ ਮਿਲੇਗੀ ਉਹਨੂੰ એનર્ਜੀ ਤਾਂ ਇਸੇ ਕਰਕੇ ਇਹਨੂੰ ਪ੍ਰੋਡਿਊਸਿੰਗ એનર્ਜੀ ਦਾ ਵੀ ਨਾਮ ਦੇ ਸਕਦੇ ਆਂ ਹਾਂਜੀ ਇਹਨੂੰ ਪ੍ਰੋਡਿਊਸਰ ਵੀ ਕਹਿੰਦੇ ਇਸੇ ਕਰਕੇ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤਾਂ ਇਹਦੇ ਵਿੱਚ ਹੁੰਦਾ ਕੀ ਹੈ ਕੀ 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 ਦੀ ਕੀ ਦੀ ਹੈਲਪ ਨਾਲ ਸਨਲਾਈਟ ਹੋ ਗਿਆ ক্লোরোਫিল ਹੋ ਗਿਆ ਤੇ ਨਾਲ ਹੀ ਕਾਰਬਨ ਡਾਈਆਕਸਾਈਡ ਵੀ ਲੈਂਦੇ ਨੇ ਕਾਰਬਨ ਡਾਈਆਕਸਾਈਡ ਨਾਲ ਇਹ ਕੀ ਬਣਾ ਦਿੰਦੇ ਜੀ ਗਲੂਕੋਜ਼ ਬਣਾ ਦਿੰਦੇ ਨੇ ਕੀ ਬਣਾ ਦਿੰਦੇ ਨੇ ਜੀ ਗਲੂਕੋਜ਼ ਬਣਾ ਦਿੰਦੇ ਨੇ ਤੇ ਨਾਲ ਹੀ ਆਕਸੀਜਨ ਪ੍ਰੋਡਿਊਸ ਕਰਦੇ ਆਪਾਂ ਕਹਿੰਦੇ ਆ ਨਾ ਆਪਾਂ ਜਿੰਨੇ ਪੌਦੇ ਹੋਣਗੇ ਉੰਨੀ ਆਕਸੀਜਨ ਮਿਲੇਗੀ ਮਤਲਬ ਪੇੜ ਲਗਾਓ ਆਕਸੀਜਨ ਮਿਲੇਗੀ ਤਾਂ ਕਿਵੇਂ ਮਿਲਦੀ ਹੈ ਉਹ ਕਾਰਬਨ ਡਾਈਆਕਸਾਈਡ ਸਨਲਾਈਟ ਤੇ ক্লোরোਫਿਲ ਦੀ ਹੈਲਪ ਨਾਲ ਤਾਂ ਆਪਣਾ ਫੂਡ ਬਣਾਉਂਦੇ ਤੇ ਨਾਲ ਹੀ ਨਾਲ ਆਕਸੀਜਨ ਪ੍ਰੋਡਿਊਸ ਕਰਦੇ ਨੇ ਤੇ ਨਾਲ ਹੀ ਨਾਲ ਆਕਸੀਜਨ ਪ੍ਰੋਡਿਊਸ ਕਰਦੇ ਇਹ ਕੁਸ਼ਨਸ ਮਝ ਆਇਆ ਜਾਂ ਨਹੀਂ ਆਇਆ ਜੇ ਕੁਸ਼ਚਨ ਸਮਝ ਆ ਗਿਆ ਤਾਂ ਦੱਸ ਦੋ ਜੀ ਫਿਰ ਆਪਾਂ ਨੈਕਸਟ ਚੱਲਦੇ ਆਂ ਫਿਰ ਆਪਾਂ ਨੈਕਸਟ ਚੱਲਾਂਗੇ ਜੀ ਚਲੋ ਜੀ ਫਿਰ ਆਪਾਂ ਨੈਕਸਟ ਕੁਸ਼ਚਨ ਕਰਦੇ ਆਂ ਨੈਕਸਟ ਕੁਸ਼ਚਨ ਵਿਚ ਵਾਇਰਸ ਕਾਜ਼ਸ ਚਿਕਨ ਪੌਕਸ ਮਤਲਬ ਚਿਕਨ ਪੌਕਸ ਨਾਮ ਦੀ ਇੱਕ ਬਿਮਾਰੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੋਣਾ ਚਿਕਨ ਪੌਕਸ ਕੀ ਹੁੰਦਾ ਹੈ ਉਹ ਕਿਸ ਵਾਇਰਸ ਕਰਕੇ ਹੁੰਦਾ ਹੈ ਜੀ ਰੂਬੇਲਾ ਵਾਇਰਸ वेरीसेला जस्टो वायरस रबीज वायरस या फिर वेरियोला वायरस जल्दी-जल्दी ਦੱਸੋ ਜੀ ਕਿਹੜੇ ਵਾਇਰਸ ਕਰਕੇ ਚਿਕਨ ਪੋਕਸ ਹੋ ਜਾਂਦਾ ਹੈ ਜਿਹਨੂੰ ਨਹੀਂ ਪਤਾ ਕੋਈ ਗੱਲ ਨਹੀਂ ਇਹ ਨਾਮ ਜਸਟ ਯਾਦ ਕਰਨ ਵਾਲੇ ਹੈ ਕਿ ਵਾਇਰਸ ਵਾਲੇ ਜਿਹੜੇ ਕੁਐਸਚਨ ਹੈ ਵਾਇਰਸ ਵਾਲਾ ਕੁਐਸਚਨ ਵੀ ਆ ਜਾਂਦਾ ਕਿ ਕਿਹੜੀ ਵਾਇਰਸ ਨਾਲ ਜਾਂ ਫਿਰ ਕਿਹੜੇ ਬੈਕਟੀਰੀਆ ਨਾਲ ਕਿਹੜੀ ਬਿਮਾਰੀ ਹੋ ਜਾਂਦੀ ਹੈ ਤਾਂ ਇਦਾਂ ਦਾ ਕੁਐਸਚਨ ਵੀ ਆ ਜਾਂਦਾ ਇਸ ਕਰਕੇ ਅੱਜ ਮੈਂ ਕਾਫੀ ਕੁਐਸਚਨ ਇਦਾਂ ਦੇ ਲੈ ਕੇ ਆਈਆਂ ਤਾਂ ਧਿਆਨ ਰੱਖਿਓ ਮੈਨੂੰ ਪਤਾ ਇੱਥੇ ਤੁਸੀਂ ਤੁ ਤੁਸੀਂ ਤੁੱਕੇ ਹੀ ਮਾਰੋਗੇ ਮਾਰ ਲਓ ਤੁੱਕੇ ਅੱਜ ਮੌਕਾ ਦਿੱਤਾ ਤੁਹਾਨੂੰ ਇਸ ਕੁਐਸਚਨ 'ਚ ਤੁੱਕੇ ਮਾਰਨ ਦਾ ਕੇ ਮਾਰਨੇ ਮਾਰੋ ਮਾਰੋ बिकॉज ਇਹਦਾ ਆਨਸਰ ਨਹੀਂ ਪਤਾ ਹੋਣਾ ਬਟ ਮੈਂ ਤੁਹਾਨੂੰ ਦੱਸ ਦੇਣੀ ਵੈਰੀ ਸੇਲਾ ਜੋਸਟੋ ਵਾਇਰਸ ਆਏਗਾ ਜਿਸ ਨਾਮ ਹੈ ਇਹਦਾ ਕੋਈ ਸਮਝਾਉਣ ਵਾਲਾ ਕੁਝ ਨਹੀਂ ਇਹ ਨਾਮ ਨਾਮ ਇਦਾਂ ਹੀ ਰਹੇਗਾ ਕਿਉਂਕਿ ਜਿੰਦਾ ਸਾਇੰਟਿਸਟ ਨੇ ਬਣਾਤਾ ਉਹ ਹੀ ਰਹੇਗਾ ਨਾਮ ਤੇ ਨਾਮ ਇਦਾਂ ਹੀ ਯਾਦ ਕਰਨਾ ਹੈ ਜੀ ਕਿ ਇਹ ਚਿਕਨ ਪੋਕਸ ਇਹਦੇ ਕਰਕੇ ਹੁੰਦਾ ਹੈ ਜੀ ਠੀਕ ਹੈ ਜੀ ਨੈਕਸਟ ਕੁਸ਼ਨ ਕਰ ਲੈਣੇ ਇੱਕ ਗੱਲ ਹੋਰ ਹੁਣ एमसीक्यू ਆਪਾਂ ਦੇਖੋ ਮੰਨ ਲਓ ਕਰਤਾ ਰਹੇ ਹਾਂ ਹੁਣ एमसीक्यूਸ ਦੇ ਵਿੱਚ ਇਹ ਨਹੀਂ ਹੈਗਾ ਕਿ ਬਸ ਤੁਸੀਂ ਇੱਥੇ ਆਨਸਰ ਕੀਤਾ ਤਾਂ ਠੀਕ ਹੈ ਜਿਹੜੀ ਚੀਜ਼ ਤੁਹਾਨੂੰ ਨਵੀਂ ਲੱਗਦੀ ਹੈ ਨਾ ਜਿਹੜੀ ਚੀਜ਼ ਜਿਵੇਂ ਕਿ ਆਹ ਕੁਐਸਚਨ ਤੁਹਾਡੇ ਲਈ ਨਵਾਂ ਹੋ ਸਕਦਾ ਤੁਸੀਂ ਨੋਟਬੁੱਕ ਤੇ ਨੋਟ ਕਰ ਲਿਓ ਜੋ ਵੀ ਕੁਐਸਚਨ ਤੁਹਾਨੂੰ ਨਵਾਂ ਲੱਗ ਰਿਹਾ ਹੈ ਕਿ ਮੈਂ ਤਾਂ ਤੁਸੀਂ ਨੋਟ ਕਰ ਲਿਓ ਕਿ ਹਾਂ ਚਿਕਨ ਬਾਕਸ ਕੀ ਕਿਵੇਂ ਹੁੰਦਾ ਜੀ ਇਹਦੇ ਕਰਕੇ ਹੁੰਦਾ ਤੇ ਇਹ ਚੀਜ਼ਾਂ ਤੁਸੀਂ ਨੋਟ ਜ਼ਰੂਰ ਕਰਨੀਆਂ ਹੈ ਤਾਂਕਿ ਤੁਹਾਡੇ ਅੱਗੇ ਲਈ ਕੰਮ ਆਣ ਜਦੋਂ ਵੀ ਪੇਪਰ ਹੋਵੇ ਤਾਂ ਕੰਮ ਆਣ ਤੇ ਕਹਿੰਦੇ yellow fever is a disease through which of the following ਕਹਿੰਦੇ yellow fever ਹੁੰਦਾ ਇੱਕ ਇੱਕ ਬਿਮਾਰੀ ਹੁੰਦੀ ਹੋਈ ਬਿਮਾਰੀ ਤਾਂ ਨਹੀਂ ਫੀਵਰ ਹੋ ਜਾਂਦਾ ਬੁਖਾਰ ਹੋ ਜਾਂਦਾ ਤਾਂ ਉਹ ਕਿਹਦੇ ਕਰਕੇ ਹੁੰਦਾ ਫਲਾਈਜ਼ ਕਰਕੇ ਹੁੰਦਾ ਮਸਕੀਟੋਸ ਕਰਕੇ ਹੁੰਦਾ ਰੈਟ ਕਰਕੇ ਹੁੰਦਾ ਕਿ ਕੋਕਰੋਚ ਕਰਕੇ ਹੁੰਦਾ ਦੱਸੋ ਜੀ ਇੱਕ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇੱਕ ਗੱਲ ਕਿ ਜਦੋਂ ਵੀ ਤੁਸੀਂ ਆਪਸ਼ਨ ਲਿਖ ਰਹੇ ਹੋ ਤਾਂ ਤੇ ਕੁਐਸਚਨ ਨੰਬਰ ਵੀ ਪਾਇਆ ਕਰੋ ਮੈਨੂੰ ਨਹੀਂ ਪਤਾ ਲੱਗਦਾ ਤੁਸੀਂ ਇਹ ਪੰਜਵੇਂ ਦਾ ਕਰ ਰਹੇ ਹੋ ਛੇਵੇਂ ਦਾ ਕਰ ਰਹੇ ਹੋ ਤੇ ਇਸ ਕਰਕੇ ਇੱਕ ਵਾਰ ਜਰੂਰ ਲਿਖਿਆ ਕਰੋ ਕਿ ਛੇਵੇਂ ਦਾ ਆਨਸਰ ਕੀ ਆਏਗਾ ਜੀ ਇੱਕ ਵਾਰ ਤੁਸੀਂ ਦੇਖ ਕੇ ਲਿਖਿਆ ਕਰੋ ਦੱਸੋ ਜੀ दसो जी आंसर की आ रहा है आंसर मैं हले भी किया है क्वेश्चन नंबर पाये हो फिर भी नहीं पा रहे आंसर आ रहा है जी सिक्स द बी सिक्स द बी सिक्स द बी तब बिल्कुल सही आंसर दे रहे हो जी ਸਹੀ ਆਨਸਰ ਦੇ ਰਿਹਾ ਹਾਂ ਇਹਦਾ ਕੀ ਹੈ ਜੀ ਮਸਕੀਟੋ ਮਸਕੀਟੋ ਮਤਲਬ ਜਦੋਂ ਵੀ ਮਸਕੀਟੋ ਬਾਈਟ ਕਰ ਲੈਂਦਾ ਹੈ ਤੇ ਉਦੋਂ ਮਤਲਬ yellow fever ਹੋ ਜਾਂਦਾ ਹੈ ਇਹ yellow fever ਸਾਊਥ ਅਮਰੀਕਾ ਦੇ ਵਿੱਚ ਜਿਆਦਾ ਚੀਜ਼ ਹੈ ਮਤਲਬ ਜਿਆਦਾ ਦੇਖੀ ਜਾਂਦੀ ਹੈ ਇਹ ਜਿਆਦਾ ਦੇਖੀ ਜਾਂਦੀ ਹੈ ਤਾਂ बस ਜਸਟ ਯਾਦ ਰੱਖਣਾ yellow fever ਕਿਉਂ ਹੁੰਦਾ ਹੈ ਮਸਕੀਟੋ ਤਾਂ ਮਤਲਬ ਇਹ ਇੱਕ ਹੀ ਹੋ ਗਿਆ ਤੁਹਾਡੇ ਵਾਸਤੇ ਨਵਾਂ ਪੁਆਇੰਟ ਹੋ ਗਿਆ ਤਾਂ ਤੁਸੀਂ ਇਹ ਨਵਾਂ ਪੁਆਇੰਟ ਯਾਦ ਰੱਖਣਾ yellow fever ਮਸਕੀਟੋ ਨਾਲ ਸਮਝ ਆ ਗਈ ਜੀ ਨੈਕਸਟ ਕੁਐਸਚਨ ਕਰੀਏ rodentia cyrus rodentia cyrus is the scientific name of kende rodentia cyrus kida scientific name hai red da platypus da squirrel da beaver da scientific name vi puchhe ja sakde hai is karke scientific name de vi question leke aaye hai ta dasso ji ki hoyega dasso ji ki hoyega rodentia rodentia cyrus is the scientific name of question number nal pana hai ji ਦੱਸੋ ਦੱਸੋ ਜੀ ਕੀ ਆਏਗਾ ਆਨਸਰ ਦੱਸੋ ਜੀ ਕੀ ਆਨਸਰ ਆਏਗਾ ਦੱਸੋ ਜੀ आंसर आ रहा है कोई कह रहा है रैट कोई कह रहा है सी si, कोई मतलब मेनली की आ रहा है जी मेनली की आ रहा है जी ए आ रहा है शब्दा मेनली की आ रहा है जी ए आ रहा है शब्दा ते बट शब्दा गलत है जी ए हैगा जी स्क्वेरल दा स्क्वेरल दा साइंटिफिक की नेम होता है रोडेंटिया साइरस रोडेंटिया साइरस रैट नहीं आएगा जी रैट नहीं आएगा दैट नहीं आएगा याद रख लो देखो ए कोई तरीका ਵੀ ਹੈ ਨਹੀਂ ਇਹਦੇ ਜੇ ਕੋਈ ਸਮਝਾਣ ਵਾਲੀ ਗੱਲ ਵੀ ਹੈ ਨਹੀਂ ਇਹ ਯਾਦ ਰੱਖਣੇ ਪੈਣੇ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਜੋ ਕੀ ਰੱਟਾ ਵੱਜਦੀਆਂ ਨੇ ਰੋਡੈਂਟੀਆਂ ਸਾਇਰਸ ਕੀ ਦਾ ਹੈ ਜੀ ਸਕੁਅਰਲ ਦਾ ਯਾਦ ਰੱਖ ਲਓ ਜੀ ਸਕੁਅਰਲ ਦਾ ਜਿਨ੍ਹਾਂ ਨੇ ਵੀ ਇਹ ਦਿੱਤਾ ਉਹ ਦੇਖ ਲਓ ਨੋਟ ਕਰ ਲਓ ਰੋਡੈਂਟੀਆਂ ਸਾਇਰਸ ਕੀ ਦਾ ਹੋਏਗਾ ਜੀ ਸਕੁਅਰਲ ਦਾ ਸਾਇੰਟਿਫਿਕ ਨੇਮ ਬਣੇਗਾ ਜੀ ਸਾਇੰਟਿਫਿਕ ਨੇਮ ਬਣੇਗਾ ਹਾਂਜੀ ਇੱਕ ਜਨੇ ਕਹਿ ਰਹੇ ਕਾਟੋ ਹਾਂਜੀ ਕਾਟੋ ਸਕੁਅਰਲ ਨੂੰ ਕਹਿੰਨੇ ਆਪਾਂ rodentia cyrus kidha ji squirrel da agla question karde hain agla kia ji which of the following is a symptoms of hemophilia hemophilia ek naam di bimari hai hemophilia naam di ek bimari hai kende ki hemophilia jinnu hoy anda to ode nal ki hunda ji

ਅਨਸਰ ਕੀ ਆ ਰਿਹਾ ਜੀ ਕੀ ਆ ਰਿਹਾ ਜੀ ਕੀ ਕਰ ਰਹੇ ਹੋ ਡੀ 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 हां जी जी ਗੱਲ ਸੁਣੋ ਹਿਮੋਫੀਲੀਆ ਹੁੰਦੀ ਹੈ ਜੀ ਜਦੋਂ ਬਲੱਡ ਦੀ ਕਮੀ ਹੋ ਜਾਏ ਕੀ ਹੋ ਜਾਏ ਜੀ ਬਲੱਡ ਦੀ ਕਮੀ ਹੋ ਜਾਏ ਤੇ ਇੱਥੇ ਬਲੱਡ ਦੀ ਗੱਲ ਕਿੱਥੇ ਚੱਲ ਰਹੀ ਹੈ ਜੀ ਹਿਮੋਗਲੋਬਿਨ ਦੀ ਗੱਲ ਚੱਲ ਰਹੀ ਹੈ ਹਿਮੋਗਲੋਬਿਨ ਜੋ ਕਿ ਆਪਣੇ ਰੈੱਡ ਬਲੱਡ ਸੈੱਲਸ ਦੇ ਵਿੱਚ ਪਾਇਆ ਜਾਂਦਾ ਹੈ ਆਪਣੇ ਬਲੱਡ ਦੇ ਵਿੱਚ ਪਾਇਆ ਜਾਂਦਾ ਤਾਂ ਆਪਣਾ ਆਨਸਰ ਕੀ ਹੋ ਜਾਏਗਾ ਜੀ ਕੀ ਹੋ ਜਾਏਗਾ ਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ ਬਿਲਕੁਲ ਹਿਮੋਫੀਲੀਆ ਬਲੱਡ ਦੀ ਕਮੀ ਹੋ ਜਾਣਾ ਚਲੋ ਜੀ ਨੈਕਸਟ ਕੁਐਸਚਨ medulla oblongata is the part of which of the following medulla kis inna vichon kidda part hai ji eh pata hona chahiye sabnu eh ta pata hona chahiye kyunki e, kiraya hoya hai te kafi var dassya bhi hoya hai ede features vi dasde asi sara kuch te dasso medulla medulla oblongata kede part hai keda part hai dasso ji ਜਲਦੀ ਜਲਦੀ ਦੱਸੋ ਮੈਡਿਊਲਾ ਕਿਸ ਆਰਗਨ ਦਾ ਪਾਰਟ ਹੈ ਹੱਡ ਦਾ ਬ੍ਰੇਨ ਦਾ ਲੰਗ ਦਾ ਸਟਮਕ ਦਾ ਤਾਂ ਸਭ ਦਾ ਸਹੀ ਆਣਾ ਚਾਹੀਦਾ ਤੇ ਆ ਵੀ ਰਿਹਾ ਹੈ 9 ਦਾ ਬੀ 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 ਬ੍ਰੇਨ 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 ਬਿਲਕੁਲ ਸਹੀ ਹੈ ਜੀ ਕੀ ਹੈ ਜੀ ਬਿਲਕੁਲ ਸਹੀ ਹੈ ਬ੍ਰੇਨ ਦੀ ਤੁਹਾਨੂੰ ਡਾਇਗਰਾਮ ਵੀ ਕਰਵਾਈ ਸੀ ਤੋਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਮੈਡਿਊਲਾ ਨਾਮ ਦਾਇਕ ਆਪਣੇ ਕੋਲ ਹੁੰਦਾ ਹੈ ਮੈਡਿਊਲਾ ਹੁੰਦਾ ਹੈ ਆਪਣੇ ਕੋਲ ਹਾਂਜੀ ਜੇ ਵਧੀਆ ਹੈ ਜੀ ਫਰਸਟ ਆਨਸਰ ਹੈ ਤਾਂ ਹਾਂ ਹੁਣ ਜਿਨ੍ਹਾਂ ਨੇ ਬ੍ਰੇਨ ਆਨਸਰ ਕੀਤਾ ਹੈ ਨਾ ਤਾਂ ਉਹ ਇਹ ਵੀ ਦੱਸ ਦੋ ਬ੍ਰੇਨ ਦੇ ਕਿਹੜੇ ਪਾਰਟ ਦੇ ਵਿੱਚ ਹੁੰਦਾ ਹੈ ਜੀ ਮੈਡਿਊਲਾ ਬ੍ਰੇਨ ਦੇ ਕਿਹੜੇ ਪਾਰਟ ਦੇ ਵਿੱਚ ਮੈਡਿਊਲਾ ਪਾਇਆ ਜਾਂਦਾ ਹੈ ਫੇਰ ਮੰਨੂਗੀ ਮੈਂ ਤੁਹਾਨੂੰ ਜੇ ਤੁਸੀਂ ਇਹ ਆਨਸਰ ਸਹੀ ਕਰਤਾ ਤਾਂ ਫੇਰ ਮੰਨ ਜਾਗੇ ਜੀ ਤੁਹਾਨੂੰ ਕੀ ਤੁਸੀਂ ਪੜਦੇ ਹੋ ਪਤਾ ਲੱਗ ਜਾਏਗਾ ਕਿ ਤੁਸੀਂ ਪੜਦੇ ਹੋ ਸਾਇੰਸ ਵੀ ਪੜਦੇ ਹੋ ਸਾਇੰਸ ਤੇ ਵੀ ਧਿਆਨ ਦੇ ਰਹੇ ਹੋ ਕਿ ਮੈਡੀਊਲਾ ਬ੍ਰੇਨ ਦੇ ਕਿਹੜੇ ਪਾਰਟ ਦੇ ਵਿੱਚ ਪਾਇਆ ਜਾਂਦਾ ਹੈ ਇਹ ਵੀ ਇੱਕ ਕੁਐਸਚਨ ਨਹੀਂ ਸਮਝ ਲੋ ਮੈਂ ਇੱਕ ਕੁਐਸਚਨ ਇੱਥੇ ਹੀ ਬਣਾਤਾ ਮੈਡੀਊਲਾ ਇਸ ਫਾਊਂਡ ਇਨ ਵਿਚ ਪਾਰਟ ਆਫ ਦਾ ਬ੍ਰੇਨ ਆਨਸਰ ਸਭ ਨੇ ਦੇਣਾ ਹੈ ਜੀ ਆਨਸਰ ਆਨੇ ਸ਼ੁਰੂ ਹੋ ਗਏ ਹਰਜੀਤ ਸਿੰਘ ਹਿੰਡ ਬ੍ਰੇਨ लवली ਹਿੰਡ ਹਿੰਡ ਤਾਨਿਆ ਅਖਿਲ ਸਭ ਦਾ ਹਿੰਡ ਬ੍ਰੇਨ ਆ ਰਿਹਾ ਹੈ ਹਿੰਡ ਬ੍ਰੇਨ ਆ ਰਿਹਾ ਹੈ ਹਿੰਡ ਬ੍ਰੇਨ ਆ ਰਿਹਾ ਹੈ ਇਹ ਤੁਹਾਨੂੰ ਕੀ ਲੱਗਦਾ ਸਹੀ ਹੈ ਕੀ ਲੱਗਦਾ ਜੀ ਸਹੀ ਆਨਸਰ ਦੇ ਰਹੇ ਹੋ ਤਾਂ ਬਿਲਕੁਲ ਸਹੀ ਹੈ ਜੀ ਮੈਡਿਊਲਾ ਆਪਣੇ ਕੋਲ ਕਿੱਥੇ ਪਾਇਆ ਜਾਂਦਾ ਹੈ ਜੀ ਹਿੰਡ ਬ੍ਰੇਨ ਦੇ ਵਿੱਚ ਕਿੱਥੇ ਪਾਇਆ ਜਾਂਦਾ ਹੈ ਜੀ ਹਿੰਡ ਬ੍ਰੇਨ ਦੇ ਵਿੱਚ ਤਾਂ ਬਿਲਕੁਲ ਸਹੀ ਹੈ ਜੀ ਅਗਲਾ ਕੁਐਸਚਨ ਕਰਦੇ ਆਪਾਂ ਅਗਲਾ ਕੁਐਸਚਨ ਕਰਦੇ ਬੈਕਟੀਰੀਆ ਵਾਸ ਡਿਸਕਵਰਡ ਬਾਏ ਕਹਿੰਦਾ ਹੈ ਕਹਿੰਦੇ ਬੈਕਟੀਰੀਆ ਨੂੰ ਡਿਸਕਵਰ ਕਿਹਨੇ ਕੀਤਾ ਸੀ ਇਹਨਾਂ ਚਾਰਾਂ ਸਾਇੰਟਿਸਟ ਦੇ ਵਿੱਚ ਦੱਸ ਦੋ ਹਾਂਜੀ ਲੋਅ ਪਾਰਟ ਨੂੰ ਕਹਿੰਦੇ ਆ ਜੀ ਹਿੰਡ ਬ੍ਰੇਨ ਆਪਣੇ ਲਾਸਟ ਪਾਰਟ ਵੀ ਬ੍ਰੇਨ ਦਾ ਮਤਲਬ ਜੋ ਕੀ ਕਹਿੰਦੇ ਸਭ ਤੋਂ ਨਿਚਲਾ ਪਾਰਟ ਹੁੰਦਾ ਜੀ ਹਿੰਡ ਬ੍ਰੇਨ ਹੁੰਦਾ ਦੱਸੋ ਜੀ ਦੱਸੋ ਜੀ ਬੈਕਟੀਰੀਆ ਕਿਹਨੇ ਡਿਸਕਵਰ ਕੀਤਾ ਸੀ आंसर आने शुरू हो गए ए ऑप्शन ए ऑप्शन डी ऑप्शन ए ऑप्शन टेंथ का आंसर की आ रहा है जी सब आंसर आ रहा है जी ए कई डी भी आ रहा है कई भी आ रहा है बट आंसर की है जी एंटोनी वैन लुएन हॉक एंटोनी वॉन लुएन हॉक एंटोनी लॉन ਐਂਟੋਨੀ ਵੈਨ ਲੂਨ ਹਾਕ ਬਾਰੇ ਇੱਕ ਹੋਰ ਗੱਲ ਦੱਸਦਾ ਇਹਨੇ ਬੈਕਟੀਰੀਆ ਦਾ ਡਿਸਕਵਰ ਕਿੱਤਾ ਹੀ ਕਿੱਤਾ ਸੀ ਨਾਲ ਕੀ ਕਿੱਤਾ ਸੀ ਜੀ ਲਿਵਿੰਗ ਸੈੱਲ ਵੀ ਡਿਸਕਵਰ ਕਿੱਤਾ ਸੀ ਜੀ ਲਿਵਿੰਗ ਸੈੱਲ ਵੀ ਡਿਸਕਵਰ ਕਿੱਤਾ ਸੀ ਕਿੱਥੋਂ ਕਿੱਤਾ ਸੀ ਜੀ ਪੌਂਡ ਦੇ ਵਿੱਚੋਂ ਕਿੱਤਾ ਸੀ ਜੀ ਪੌਂਡ ਦੇ ਵਿੱਚੋਂ ਕਿੱਤਾ ਸੀਗਾ ਤੇ ਨਾਲ ਹੀ ਡੈੱਡ ਸੈੱਲ ਕਿਹਨੇ ਕਿੱਤਾ ਸੀ ਡੈੱਡ ਸੈੱਲ ਕਿਹਨੇ ਕਿੱਤਾ ਸੀ ਜੀ ਰੋਬਰਟ ਹੂਕ ਨੇ ਕਿੱਤਾ ਸੀ ਕਿਹਨੇ ਕਿੱਤਾ ਸੀ ਜੀ ਰੋਬਰਟ ਹੂਕ ਨੇ ਕਿੱਤਾ ਸੀ ਤਿਆ ਜਿਹੜੇ ਰੋਬਰਟ ਬਰਾਊਨ ਕਹਿ ਰਹੇ ਨੇ ਰੋਬਰਟ ਬਰਾਊਨ ਵੀ ਦੱਸੋ ਕੀ ਰੋਬਰਟ ਬਰਾਊਨ ਨੇ ਕੀ ਕੀਤਾ ਸੀ ਰੋਬਰਟ ਬਰਾਊਨ ਵੀ ਤੁਹਾਨੂੰ ਦੱਸਿਆ ਹੋਇਆ ਜੀ ਰੋਬਰਟ ਬਰਾਊਨ ਬਾਰੇ ਵੀ ਤੁਹਾਨੂੰ ਦੱਸਿਆ ਸੀ ਕਿ ਰੋਬਰਟ ਬਰਾਊਨ ਨੇ ਕੀ ਡਿਸਕਵਰ ਕੀਤਾ ਸੀ ਦੱਸੋ ਜੀ ਜੇ ਤੁਸੀਂ ਕਲਾਸਾਂ ਧਿਆਨ ਨਾਲ ਲਾਈਆਂ ਪੜ੍ਹੀਆਂ ਤਾਂ ਤੁਸੀਂ ਦੱਸੋ ਜੀ ਰੋਬਰਟ ਬਰਾਊਨ ਨੇ ਕੀ ਡਿਸਕਵਰ ਕੀਤਾ ਸੀ ਜੀ ਤੇ ਜਿਨ੍ਹਾਂ ਨੇ ਵੀ ਹਲੇ ਤੱਕ ਸੈਸ਼ਨ ਨੂੰ ਲਾਈਕ ਨਹੀਂ ਕੀਤਾ ਜੀ ਸੈਸ਼ਨ ਨੂੰ ਪਲੀਜ਼ ਲਾਈਕ ਕਰ ਦਿਓ ਤੇ ਹਲੇ ਤੱਕ ਜਿਨ੍ਹਾਂ ਨੇ ਸੈਸ਼ਨ ਨੂੰ ਸ਼ੇਅਰ ਨਹੀਂ ਕੀਤਾ ਜੀ ਸੈਸ਼ਨ ਨੂੰ ਸ਼ੇਅਰ ਕਰ ਦਿਓ दसो जी रोबर्ट ब्राउन ने की डिस्कवर किया जानना चाहनी हूँ तो आंसर पहला आ गया है बट सारे का आंसर जानना चाहनी है मैं ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ ਰੋਬਰਟ ਬਰਾਊਨ ਨੇ ਕੀ ਡਿਸਕਵਰ ਕੀਤਾ ਸੀ ਜੀ ਨਿਊਕਲੀਅਸ ਕੀਤਾ ਸੀ ਮੈਂ ਤੁਹਾਨੂੰ ਸੈੱਲ ਦੇ ਵਿੱਚ ਤਿੰਨ ਚਾਰ ਸਾਇੰਟਿਸਟ ਹੀ ਦੱਸੇ ਸੀ ਜਿਨ੍ਹਾਂ ਦੇ ਵਿੱਚ ਰੋਬਰਟ ਹੂਕ ਸੈੱਲ ਦੱਸਿਆ ਸੀ ਲੂਨ ਹਾਕ ਲਿਵਿੰਗ ਸੈੱਲ ਤੇ ਬੈਕਟੀਰੀਆ ਦੱਸਿਆ ਸੀ ਰੋਬਰਟ ਬਰਾਊਨ ਨਿਊਕਲੀਅਸ ਦੱਸਿਆ ਸੀ ਤੇ ਇੱਕ ਹੋਰ ਸੀਗਾ ਜੀ ਹੋਰ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਜੀ ਉਹ ਸੀਗਾ ਜੀ ਕੈਮੀਲੋ ਗੋਲਗੀ ਕੀ ਸੀ ਜੀ ਕੈਮੀਲੋ ਗੋਲਗੀ ਇਹਨੇ ਕੀ ਕੀਤਾ ਸੀ ਜੀ ਗੋਲਗੀ ਬਾਡੀਜ਼ ਕੀਤਾ ਸੀ ਇਹਨੇ ਗੋਲਗੀ ਬਾਡੀਜ਼ ਕੀਤਾ ਸੀ ਸਮਝ ਆ ਗਈ ਜੀ ਮੈਂ ਕਲਾਸ ਨਹੀਂ ਲਗਾਈ ਜੀ ਕੋਈ ਗੱਲ ਨਹੀਂ ਜੀ ਨੇ ਕਲਾਸ ਨਹੀਂ ਲਗਾਈ ਪਲੇਲਿਸਟ ਦੇ ਵਿੱਚ ਪਈ ਹੈ ਸੈਲ ਦੀ ਕਲਾਸ ਬਹੁਤ ਵਧੀਆ ਕਲਾਸ ਸੀ ਜੀ ਦੇ ਵਿੱਚ ਮੈਂ ਤੁਹਾਨੂੰ ਸੈਲ ਬਹੁਤ ਹੀ ਡਿਟੇਲਡ ਮੈਨਰ ਦੇ ਵਿੱਚ ਕਰਵਾਇਆ ਸੀ ਤਾਂ ਦੇਖ ਲਓ ਸਾਈ ਚੀਜ਼ਾਂ ਦੱਸਤੀਆਂ ਹੁਣ ਨੈਕਸਟ ਕੁਐਸਚਨ ਕਰਦੇ ਹਾਂ ਜੀ ਨੈਕਸਟ ਕੁਐਸਚਨ ਲਓ ਜੀ ਸਕਰਵੀ ਇਸ ਕੌਜ਼ਡ ਬਾਈ ਡੈਫੀਸ਼ੀਐਂਸੀ ਆਫ ਵਿਚ ਵਿਟਾਮਿਨ स्कर्वी नाम देख बीमारी बीमारी तना कोई बीमारी तना को छोटी सी गल ही है मतलब स्कर्वी किस चीज नाल हुंदी है जी स्कर्वी इज कॉज्ड बाय डेफिशिएंसी ऑफ विच विटामिन मतलब किस विटामिन दी कमी नाल स्कर्वी हो जांदा है विच विटा मतलब किस विटामिन दी कमी नाल स्कर्वी हो जांदा है त दसो जी विटामिन के विटामिन बी टू, विटामिन सी विटामिन ए पहले तूसी आंसर दो फिर मैं स्कर्वी बारे भी दसुंगी कि स्कर्वी हुंदी की चीज है आंसर बिल्कुल सही आ रहा है जी आंसर की आ रहा है जी विटामिन सी उन स्कर्वी का मतलब की हुंदा है जी ब्लीडिंग गम्स ब्लीडिंग गम्स ਉਹ ਨਾ ਕੀ ਹੈ ਜੀ ਜਦੋਂ ਕੀ ਕਹਿੰਦੇ ਤੁਸੀਂ ਦੇਖਿਓ ਨਾਰਮਲੀ ਤੁਹਾਡੇ ਮਾਊਥ ਦੇ ਵਿੱਚੋਂ ਬਲੱਡ ਆ ਜਾਂਦਾ ਹੈ ਕਈ ਵਾਰੀ ਦੇਖਿਆ ਹੋਣਾ ਕਈ ਵੇ ਤੇ ਅਗਰ ਇਹ ਕੀ ਕਹਿੰਦੇ ਐ ਇਹ ਕਾਫੀ ਮੇਜਰ ਬਣ ਜੇ ਮਤਲਬ ਕਾਫੀ ਮੇਜਰ ਇਨ ਦਾ ਸੈਂਸ ਮਤਲਬ ਡੇਲੀ ਹੀ ਤੁਹਾਡੇ ਗਮਸ ਦੇ ਵਿੱਚੋਂ ਬਲੱਡ ਆਣਾ ਸ਼ੁਰੂ ਹੋ ਜਾਏ ਤਾਂ ਉਸ ਬਿਮਾਰੀ ਨੂੰ ਕੀ ਨਾਮ ਦੇ ਦਿੰਨੇ ਆ ਜੀ ਆਪਾਂ ਸਕਰਵੀ ਕੀ ਨਾਮ ਦੇ ਦਿੰਨੇ ਆ ਜੀ ਸਕਰਵੀ ਤਾਂ ਆਪਸ਼ਨ ਕੀ ਆਏਗਾ ਜੀ ਵਿਟਾਮਿਨ ਸੀ ਅਗਰ ਤੁਹਾਡੀ ਬੋਡੀ 'ਚੇ ਵਿਟਾਮਿਨ ਸੀ ਦੀ ਕਮੀ ਹੋ ਜਾਏ ਤਾਂ ਤੁਹਾਨੂੰ ਇਹ ਪ੍ਰੋਬਲਮ ਆਣ ਦੇ ਚਾਂਸਸ ਹੈ ਦੱਸੋ ਜੀ ਦੱਸੋ ਜੀ ਗੱਲ ਸਮਝ ਆ ਗਈ ਜਾਂ ਨਹੀਂ ਆਈ ਜੇ ਗੱਲ ਸਮਝ ਆ ਗਈ ਹੈ ਤਾਂ ਪਰ ਨੈਕਸਟ ਕੁਐਸਚਨ ਕਰਦੇ ਹਾਂ ਜੀ ਤਾਂ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ ਲਓ ਜੀ ਪਲਸਿਸ ਆਰ ਅਰਚ ਸੋਰਸਸ ਆਫ ਵਿਚ ਆਫ ਦਾ ਫਾਲੋਇੰਗ ਕਹਿੰਦੇ ਪਲਸਸ ਪਲਸਸ ਮਤਲਬ ਦਾਲਾਂ ਦਾਲਾਂ ਜਦੋਂ ਆਪਾਂ ਖਾਂਦੇ ਆ ਤੇ ਉਹਦੇ ਤੋਂ ਆਪਾਂ ਨੂੰ ਕੀ ਸਭ ਤੋਂ ਜ਼ਿਆਦਾ ਕੀ ਮਿਲਦਾ ਹੈ ਕਾਰਬੋਹਾਈਡਰੇਟਸ ਪ੍ਰੋਟੀਨਸ ਮਿਨਰਲਸ ਜਾਂ ਫਿਰ ਵਿਟਾਮਿਨ ਏ ਦੱਸੋ ਕੀ ਮਿਲਦਾ ਹੈ ਜੀ ਦਾਲਾਂ ਦੇ ਵਿੱਚੋਂ ਘਰੇ ਵੀ ਕਹਿੰਦੇ ਹੋਣਗੇ ਤੁਹਾਡੇ ਕਿ ਦਾਲਾਂ ਖਾਓ ਤੇ ਮਤਲਬ ਤੁਹਾਨੂੰ ਤੁਹਾਡੀ ਬੋਡੀ ਚ ਕੀ ਆਏਗਾ ਪਹਿਲਾਂ ਦੱਸੋ ਫਿਰ ਮੈਂ ਤੁਹਾਨੂੰ ਦੱਸੂਗੀ ਦੱਸੋ ਜੀ ਆਨਸਰ ਕੀ ਆਏਗਾ ਪਲਸਸ आर रिच सोर्स ऑफ व्हिच ऑफ द फॉलोइंग ए तो ਤੁਸੀਂ ਨਾਰਮਲੀ ਘਰਾਂ ਦੇ ਵਿੱਚ ਹੀ ਸੁਣਿਆ ਹੋ ਨਾ ਹਾਂਜੀ ਸਭ ਆਨਸਰ ਬਿਲਕੁਲ ਸਹੀ ਦੇ ਰਹੇ ਨੇ ਕਿ ਪ੍ਰੋਟੀਨ ਕਿ ਦਾਲ ਖਾਓ ਪ੍ਰੋਟੀਨ ਮਿਲੇਗਾ ਕਈ ਹੁੰਦੇ ਨਾ ਜਿਹੜੇ ਦਾਲਾਂ ਨਹੀਂ ਖਾਂਦੇ ਕਈ ਹੁੰਦੇ ਜੀ ਮੈਨੂੰ ਹੀ ਲਾ ਲਓ ਮੈਂ ਦਾਲ ਨਹੀਂ ਖਾਂਦੀ ਤਾਂ ਘਰੇ ਸੁਣਨ ਨੂੰ ਇਹ ਗੱਲਾਂ ਜ਼ਰੂਰ ਮਿਲਦੀਆਂ ਨੇ ਕਿ ਦਾਲ ਖਾ ਲਿਆ ਕਰੋ ਪ੍ਰੋਟੀਨ ਮਿਲੇਗਾ ਤੁਹਾਡੇ ਸ਼ਰੀਰ ਨੂੰ ਇਹ ਗੱਲਾਂ ਤੁਸੀਂ ਘਰੇ ਸੁਣਦੇ ਹੋਗੇ

ਪਲਾਂਟ ਦੇ ਸੈਲ ਵਾਲ ਕਿਹਦੇ ਨਾਲ ਮਿਲ ਕੇ ਬਣੀ ਹੁੰਦੀ ਹੈ ਤਾਂ ਦੱਸੋ ਜੀ ਕਿਹਦੇ ਨਾਲ ਮਿਲ ਕੇ ਬਣੀ ਹੁੰਦੀ ਹੈ ਜੀ ਦੱਸੋ ਜੀ ਇੱਕ ਜਨਾ ਕਹਿ ਰਿਹਾ ਮੈਮ ਖਾ ਲਿਆ ਕਰੋ ਤੁਸੀਂ ਦਾਲਾਂ ਖਾ ਲਾਂਗੇ ਜੀ ਖਾ ਲਾਂਗੇ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਆਨਸਰ ਦੱਸੋ ਜੀ ਅਨਸਰ ਆਣਾ ਸ਼ੁਰੂ ਹੋ ਗਿਆ ਜੀ ਕੋਈ ਕਹਿ ਰਿਹਾ ਸੈਲੂਲੋਸ ਕੋਈ ਕਹਿ ਰਿਹਾ ਫਰਕਟੋਸ ਕੋਈ ਕਹਿ ਰਿਹਾ A ਕੋਈ ਕਹਿ ਰਿਹਾ B ਬਟ ਜਿਨ੍ਹਾਂ ਨੇ ਸੈੱਲ ਵਾਲੀ ਕਲਾਸ ਲਗਾਈ ਹੈ ਉਹਨਾਂ ਇੰਤਾਂ ਅਨਸਰ ਜ਼ਰੂਰ ਗਲਤ ਨਹੀਂ ਕੀਤਾ ਹੋਣਾ ਮਤਲਬ ਮੈਂ ਉਮੀਦ ਕਰਦੀ ਕਿ ਜਿਨ੍ਹਾਂ ਦਾ ਵੀ ਅਨਸਰ ਇਹ ਆ ਰਿਹਾ ਹੈ ਉਹਨਾਂ ਨੇ ਕਲਾਸ ਪੂਰੀ ਚੰਗੀ ਤਰ੍ਹਾਂ ਲਗਾਈ ਸੀ ਤਾਂ ਅਨਸਰ ਕੀ ਆਏਗਾ ਜੀ ਸੈਲੂਲੋਸ ਕੀ ਆਏਗਾ ਜੀ ਸੈਲੂਲੋਸ ਤੇ ਸੈਲੂਲੋਸ ਦੇ ਨਾਲ-ਨਾਲ ਮੈਂ ਤੁਹਾਨੂੰ ਇੱਕ ਦੱਸਿਆ ਸੀ ਜੀ ਇੱਕ ਫੰਗਾਈ ਦੀ ਸੈਲ ਵਾਲ ਫੰਗਾਈ ਦੀ ਸੈਲ ਵਾਲ ਵੀ ਦੱਸੀ ਸੀ ਜੀ ਦੱਸ ਦੋ ਜੀ ਜਲਦੀ ਤੋਂ ਜਲਦੀ ਫੰਗਾਈ ਦੀ ਸੈਲ ਵਾਲ ਨੂੰ ਆਪਾਂ ਕੀ ਕਿਹਾ ਸੀ ਦੱਸ ਦੋ ਜੀ ਸਾਰੇ ਦੱਸ ਦੋ ਜਿਨ੍ਹਾਂ ਨੇ ਕਲਾਸ ਲਗਾਈ ਸੀ ਉਹਨਾਂ ਦਾ ਆਨਸਰ ਬਿਲਕੁਲ ਸਹੀ ਵੀ ਹੈ ਤੇ ਜਿਨ੍ਹਾਂ ਨੇ ਨਹੀਂ ਲਗਾਈ ਉਹ ਪਿੱਛੇ ਜਾ ਕੇ ਮਤਲਬ ਤੁਸੀਂ ਇਸ ਕਲਾਸ ਸੈਲ ਦੀ ਲਗਾ ਸਕਦੇ ਹੋ ਦੱਸੋ ਜੀ ਪੰਜਾਈ ਦੀ ਸੈਲ ਵਾਲ ਜਲਦੀ ਜਲਦੀ ਆਨਸਰ ਕਰੋ ਜਲਦੀ ਜਲਦੀ ਇੰਨਾ ਨਹੀਂ ਟਾਈਮ ਹੈਗਾ ਫਾਸਟ 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 ਪੰਜਾਈ ਦੀ ਸੈਲ ਵਾਲ ਕਿਵੇਂ ਬਣੀ ਹੈ ਜੀ ਆ ਸੀ ਆਨਸਰ ਕਿਹੜਾ ਕਰੀ ਜਾਂਦੇ ਹਲਤ ਮੈਂ ਆਨਸਰ ਵੀ ਦੱਸਤਾ ਪlant ਦੀ ਸੈਲ ਵਾਲ ਸੈਲੂਲੋਜ਼ ਨਾਲ ਮਿਲ ਕੇ ਬਣੀ ਹੁੰਦੀ ਹੈ ਮੈਂ ਅਗਲਾ ਕੁਸ਼ਨ ਵੀ ਪੁੱਛ ਲਿਆ ਤੁਹਾਡੇ ਤੋਂ ਫੰਗਾਈ ਦੀ ਸੈਲ ਵਾਲ ਕਿਹਦੇ ਨਾਲ ਮਿਲ ਕੇ ਬਣੀ ਹੁੰਦੀ ਹੈ ਚਲੋ ਜਿਨ੍ਹਾਂ ਨੂੰ ਨਹੀਂ ਪਤਾ ਦੱਸ ਦਿੰਨੀ ਆ ਜੀ ਚਿਟਿਨ ਕੀ ਹੁੰਦਾ ਜੀ ਚਿਟਿਨ ਦੱਸਿਆ ਸੀ ਤੁਹਾਨੂੰ ਚਿਟਿਨ ਬਾਰੇ ਵੀ ਕਿ ਚਿਟਿਨ ਫੰਗਾਈ ਦੀ ਸੈਲ ਵਾਲ ਕਿਵੇਂ ਹੁੰਦੀ ਹੈ ਜੀ ਚਿਟਿਨ ਦੇ ਨਾਲ ਮਿਲ ਕੇ ਬਣੀ ਹੁੰਦੀ ਹੈ ਕੋਈ ਗੱਲ ਨਹੀਂ ਜੀ ਪlant cell wall cellulose ਨਾਲ ਤੇ ਫੰਗਾਈ ਦੀ cell wall chitin ਦੇ ਨਾਲ ਅਗਲਾ ਕੁਐਸ਼ਚਨ ਕਰ ਲਈਏ ਜੀ ਅਗਲਾ ਕੁਐਸ਼ਚਨ ਕਰ ਲਈਏ ਜੀ ਚਲੋ ਜੀ ਫਿਰ ਆਪਾਂ ਨੈਕਸਟ ਕੁਐਸ਼ਚਨ ਕਰਦੇ ਹਾਂ ਲੋ ਜੀ ਦ ਸਟਡੀ ਆਫ ਫੰਗਾਈ ਇਸ ਨੂਨ ਐਸ ਕੀ ਫੰਗਾਈ ਦੀ ਸਟਡੀ ਨੂੰ ਕੀ ਕਹਿੰਨੇ ਹੈ cell wall ਬਾਰੇ ਤਾਂ ਦੱਸਤਾ ਦੱਸੋ ਜੀ ਫੰਗਾਈ ਦੀ ਸੈਲ ਸਟਡੀ ਨੂੰ ਕੀ ਕਹਿੰਨੇ ਹੈ आंसर करो जी हूँ कह रहे हो चिटिन 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 सही है जी बिल्कुल चिटिन ही कहने आप बट स्टडी ऑफ फंजाई न की कहने है? स्टडी ऑफ फंजाई साइटोलॉजी मायोलॉजी माइकोलॉजी या फिर न्यूरोलॉजी आंसर आ रहा है जी आंसर ਮਾਈਕੋਲੋਜੀ ਮਾਈਕੋਲੋਜੀ ਕਿਸੇ ਦਾ ਬੀ ਆ ਰਿਹਾ ਹੈ ਕਿਸੇ ਦਾ ਸਾਈਟੋਲੋਜੀ ਆ ਰਿਹਾ ਹੈ ਕਿਸੇ ਦਾ ਏ ਆ ਰਿਹਾ ਹੈ ਸ਼ੁਕਰ ਹੈ ਕਿਸੇ ਨੇ ਡੀ ਨਹੀਂ ਕਿਹਾ ਸ਼ੁਕਰ ਹੈ ਕਿਸੇ ਨੇ ਡੀ ਨਹੀਂ ਕਿਹਾ ਲਓ ਜੀ ਇਹਦਾ ਆਨਸਰ ਹੁੰਦਾ ਜੀ ਮਾਈਕੋਲੋਜੀ ਇਹਦਾ ਆਨਸਰ ਕੀ ਹੁੰਦਾ ਜੀ ਮਾਈਕੋਲੋਜੀ ਸਟਡੀ ਆਫ ਫੰਜਾਈ ਨੂੰ ਆਪਾਂ ਕੀ ਕਹਿੰਦੇ ਆ ਮਾਈਕੋਲੋਜੀ ਯਾਦ ਰੱਖ ਲਓ ਜੀ ਜਿਨ੍ਹਾਂ ਨੂੰ ਨਹੀਂ ਯਾਦ ਨੋਟਬੁੱਕ ਤੇ ਨੋਟ ਕਰ ਲਿਆ ਕਰੋ ਜਿਨ੍ਹਾਂ ਨੂੰ ਨਹੀਂ ਯਾਦ ਰਹਿੰਦਾ ਉਹ ਨੋਟਬੁੱਕ ਤੇ ਨੋਟ ਕਰ ਲਿਆ ਕਰੋ ਤੇ ਸਾਈਟੋਲੋਜੀ ਕੀ ਨੂੰ ਕਹਿੰਦੇ ਸੀ ਜੀ ਸਟਡੀ ਆਫ ਸੈਲਸ ਨੂੰ ਦੱਸਿਆ ਹੋਇਆ ਹੈ ਸਟਡੀ ਆਫ ਸੈਲਸ ਨੂੰ ਕੀ ਕਹਿੰਦੇ ਆ ਜੀ ਆਪਾਂ ਸਾਈਟੋਲੋਜੀ ਨਿਊਰੋਲੋਜੀ ਕੀ ਕਹਿੰਦੇ ਆ ਜੀ ਨਿਊਰੋਲੋਜੀ ਕਹਿੰਦੇ ਆ ਜੀ ਨਿਊਰੋਲੋਜੀ ਕਹਿੰਦੇ ਸਟਡੀ ਆਫ ਨਿਊਰੋਨ ਸਟਡੀ ਆਫ ਨਿਊਰੋਨਸ ਜਾਂ ਫਿਰ ਸਟਡੀ ਆਫ ਨਰਵ ਸੈਲਸ ਦੋਨੋਂ ਕੀ ਕਹਦੇ ਨੇ ਜੀ ਆਪਾਂ ਨਿਊਰੋਲੋਜੀ ਤੇ ਮਾਈਕੋਲੋਜੀ ਕੀ ਹੁੰਦਾ ਹੈ ਜੀ ਸਟਡੀ ਆਫ ਫੰਗਾਈ 댓ਸ ਇਟ ਕੋਈ ਗੱਲ ਨਹੀਂ ਜੀ ਨੂੰ ਨਹੀਂ ਪਤਾ ਦੱਸਣ ਨੂੰ ਮੈਂ ਖੜੀ ਐਥੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਲਾਸ ਦੇ ਦੌਰਾਨ ਤੁਸੀਂ ਟੈਨਸ਼ਨ ਨਾ ਲਿਆ ਕਰੋ ਕਲਾਸ ਤੋਂ ਬਾਅਦ ਜਿੰਨੀ ਲੈਣੀ ਲੈ ਲਿਆ ਕਰੋ ਕਲਾਸ ਦੇ ਵਿੱਚ ਇੱਥੇ ਮੈਂ ਖੜੀ ਆ ਤੇ ਮੈਂ ਤੁਹਾਨੂੰ ਦੱਸ ਹੀ ਦਵਾਂਗੀ ਕਿ ਸਾਈਟੋਲੋਜੀ ਕੀ ਹੁੰਦਾ ਹੈ ਮਾਈਕੋਲੋਜੀ ਕੀ ਹੁੰਦਾ ਹੈ ਨਿਊਰੋਲੋਜੀ ਕੀ ਹੁੰਦਾ ਹੈ ਕੁਝ ਵੀ ਕੀ ਹੁੰਦਾ ਪੁੱਛ ਸਕਦੇ ਹੋ ਲਓ ਜੀ ਕੁਐਸਚਨ ਆ ਗਿਆ ਦਾ ਆਊਟਰ ਮੋਸਟ ਲੇਅਰ ਆਫ ਦਾ ਸਕਿਨ ਇਜ਼ ਕੈਨ ਯੂ ਸਕਿਨ ਦੀ ਆਊਟਰ ਮੋਸਟ ਲੇਅਰ ਨੂੰ ਆਪਾਂ ਕੀ ਕਿਸ ਨਾਮ ਨਾਲ ਜਾਣਦੇ ਆ ਜਾਂ ਫਿਰ ਕੀ ਕਹਿੰਦੇ ਆ ਆਪਸ਼ਨ ਇਜ਼ ਐਪੀਡਰਮਿਸ ਡਰਮਸ ਟਿਸ਼ੂ ਜਾਂ ਫਿਰ ਹਾਈਪੋਡਰਮਿਸ ਦੱਸੋ ਜੀ ਦੱਸੋ ਦੱਸੋ ਜੀ ਦੱਸੋ ਐਪੀਡਰਮਿਸ ਕਹਿੰਨੇ ਆ ਜੀ ਡਰਮਿਸ ਕਹਿੰਨੇ ਆ ਇਹ ਵੀ ਦੱਸਿਆ ਹੋਇਆ ਜੀ ਦੱਸਿਆ ਹੋਇਆ ਹੈ ਜੀ ਦੱਸ ਦਿੰਨੀ ਆ ਤੁਹਾਨੂੰ ਇਹਦਾ ਆਨਸਰ ਪਹਿਲਾਂ ਤੁਸੀਂ ਕਰੋਗੇ ਫਿਰ ਮੈਂ ਦੱਸੂਗੀ ਤੁਹਾਨੂੰ ਦੱਸੋ ਜੀ ਆਨਸਰ ਆਨੇ ਸ਼ੁਰੂ ਹੋ ਗਏ ਆ ਜੀ ਐਪੀਡਰਮਿਸ 15 ਦਾ ਬੀ 15 ਏ ਕੀ ਕਹਿ ਰਹੇ ਹੋ ਤੁਸੀਂ ਮਾਇਓਲੋਜੀ ਅੱਛਾ ਮਾਇਓਲੋਜੀ ਰਹਿ ਗਿਆ ਇਧਰ ਆਵਲਾ ਅੱਛਾ ਅੱਛਾ ਸਾਈਟੋਲੋਜੀ ਕਹਿੰਦੇ ਆਪਾਂ ਸਟਡੀ ਆਫ ਸੈਲਸ ਨੂੰ ਮਾਇਓਲੋਜੀ ਆਪਾਂ ਕਹਿੰਦੇ ਆ ਇਹ ਆਪਾਂ ਕਹਿੰਦੇ ਜੀ ਮਸਲਸ ਵਾਲੇ ਨੂੰ ਅਗਰ ਆਪਾਂ ਮਸਲਸ ਦੀ ਸਟਡੀ ਕਰਦੇ ਉਹਨੂੰ ਮਾਇਓਲੋਜੀ ਕਹਿੰਦੇ ਮਾਈਕੋਲੋਜੀ ਤੁਹਾਨੂੰ ਦੱਸ ਹੀ ਦਿੱਤਾ ਫੰਗਾਈ ਬਾਰੇ ਤੇ ਨਿਊਰੋਲੋਜੀ ਦੱਸਦਾ ਤੁਹਾਨੂੰ ਨਿਊਰੋਨਸ ਜਾਂ ਫਿਰ ਨਰਵ ਸੈਲਸ ਬਾਰੇ ਆਹ ਤਾਂ ਤੁਹਾਨੂੰ ਪਤਾ ਹੀ ਹੈ ਸੈੱਲ ਬਾਰੇ ਠੀਕ ਹੈ ਅਗਲਾ ਕੁਐਸਚਨ ਕਰੋ ਇਹਦਾ ਆਨਸਰ ਦੱਸੋ ਜੀ ਸਭ ਤੋਂ ਪਹਿਲਾਂ ਕੋਈ ਕਹਿ ਰਿਹਾ A B C D ਸਾਰੇ ਆਪਸ਼ਨ ਦੱਸ ਤੇ ਜੀ ਤੁਸੀਂ ਸਾਰੇ ਆਪਸ਼ਨ ਦੱਸ ਤੇ ਪਰ ਇਹਦਾ ਆਨਸਰ ਆਏਗਾ ਜੀ ਐਪੀਡਰਮਿਸ ਮੈਂ ਤੁਹਾਨੂੰ ਦੱਸਿਆ ਸੀ ਜੀ ਟਿਸ਼ੂਜ਼ ਦਾ ਟੌਪਿਕ ਕਰਵਾ ਰਹੇ ਸੀ ਜਿਹੜੀ ਐਪੀਡਰਮਿਸ ਹੁੰਦੀ ਹੈ ਜੋ ਕਿ ਉਪਰ ਆਊਟਰ ਮੋਸਟ ਲੇਅਰ ਜੋ ਸਭ ਤੋਂ ਉੱਪਰ ਵਾਲੀ ਜਿਹੜੀ ਲੇਅਰ ਹੁੰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਜੀ ਆਊਟਰ ਮੋਸਟ ਲੇਅਰ ਨੂੰ ਕੀ ਕਹਿੰਦੇ ਆ ਜੀ ਐਪੀਡਰਮਿਸ ਕੀ ਕਹਿੰਦੇ ਆ ਜੀ ਆਪਾਂ ਐਪੀਡਰਮਿਸ ਤੇ ਬਹੁਤ ਹੀ ਮਤਲਬ ਥਿਨ ਲੇਅਰ ਹੁੰਦੀ ਹੈ

डर्मेटोलॉजी बारे ਸੁਨਿਆ ਹੋਣਾ ਡਰਮੈਟੋਲੋਜੀ ਦਾ ਮਤਲਬ ਇਹ ਕੀ ਹੋਏ ਨਾ ਸਟੱਡੀ ਹੋ ਜਾਂਦੀ ਕਾਦੀ ਸਟੱਡੀ ਹੋ ਜਾਂਦੀ ਹੈ ਜੀ ਸਕਿਨ ਦੀ ਸਟੱਡੀ ਕਾਦੀ ਹੋ ਜਾਂਦੀ ਜੀ ਸਕਿਨ ਦੀ ਤੇ ਡਰਮ ਡਰਮੈਟੋਲੋਜਿਸਟ ਸੁਨਿਆ ਹੋਣਾ ਜੋ ਕਿ ਸਕਿਨ ਦੇ ਡਾਕਟਰ ਨੂੰ ਕਹਿੰਦੇ ਆ ਕੀ ਕਹਿੰਦੇ ਮੈਮ ਸਾਇੰਸ ਮੈਨੂੰ ਸਾਇੰਸ ਬਿਲਕੁਲ ਨਹੀਂ ਆਉਂਦੀ ਸਟਾਰਟਿੰਗ ਕਿੱਥੋਂ ਕਰਾਂ ਸਟਾਰਟਿੰਗ ਬਿਲਕੁਲ ਮੈਂ ਸੈੱਲ ਤੋਂ ਸਟਾਰਟ ਕੀਤਾ ਸੀ ਬਿਲਕੁਲ ਬੇਸਿਕ ਤੋਂ ਸਟਾਰਟ ਕੀਤਾ ਸੀ ਮਤਲਬ ਮੈਂ ਇਸ ਤਰ੍ਹਾਂ ਸਟਾਰਟ ਕੀਤਾ ਸੀ ਕਿ ਤਾਂ ਕਿ ਬਿਲਕੁਲ ਕੀ ਮਤਲਬ ਕਿਸੇ ਨੂੰ ਕੁਝ ਵੀ ਨਹੀਂ ਆਂਦਾ ਉਹ ਵੀ ਸਮਝ ਲੇਗਾ ਮੇਰੀ ਪਲੇਲਿਸਟ ਬਣੀ ਹੋਈ ਹੈ ਜੀ ਸਾਇੰਸ ਦੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਟਾਰਟਿੰਗ ਤੋਂ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਟਾਪਿਕ ਆਪਾਂ ਅੱਗੇ-ਅੱਗੇ ਵਧਾਈ ਗਏ ਆਹ ਦੇਖ ਲਓ ਜੀ ਸਮਝ ਆ ਗਈ ਦਰਮਾ ਮਤਲਬ ਰਿਲੇਟਡ ਟੂ ਸਕਿਨ ਡਰਮਟੋਲੋਜੀ ਮਤਲਬ ਸਟਡੀ ਆਫ ਸਕਿਨ ਤੇ ਡਰਮਟੋਲੋਜਿਸਟ ਦਾ ਨਾਮ ਤੁਸੀਂ ਸੁਣਿਆ ਹੋਣਾ ਉਹਨੂੰ ਆਪਾਂ ਕੀ ਕਹਿੰਦੇ ਜੀ ਸਕਿਨ ਦਾ ਡਾਕਟਰ ਗੱਲ ਸਮਝ ਆ ਗਈ ਇੱਥੋਂ ਤੱਕ ਨੈਕਸਟ ਕੁਐਸਚਨ ਕਰੀਏ ਨੈਕਸਟ ਕੁਐਸਚਨ ਕਰ ਲਈਏ ਜੀ ਜੀ ਲੋਜੀ ਨੈਕਸਟ ਕੁਐਸਚਨ ਰਿੰਗਵਾਰਮ ਇਜ਼ ਅ ਡਿਜ਼ੀਜ਼ ਕੌਜ਼ਡ ਬਾਈ ਰਿੰਗਵਾਰਮ ਰਿੰਗਵਾਰਮਿਕ ਮਤਲਬ ਕੀ ਕਹਿੰਦੇ ਸਕਿਨ ਦੇ ਉੱਤੇ ਨਾ ਮਤਲਬ ਇਨਫੈਕਸ਼ਨ ਜੀ ਹੋ ਜਾਂਦੀ ਹੈ ਰਿੰਗਵਾਰਮ ਉਹਨੂੰ ਕਹਦੇ ਮਤਲਬ ਸਰਕੂਲਰ ਸ਼ੇਪ ਦਾ ਮਤਲਬ ਇਨਫੈਕਸ਼ਨ ਜੀ ਹੋ ਜਾਂਦੀ ਹੈ ਉਹਨੂੰ ਰਿੰਗਵਾਰਮ ਕਹਿੰਨੇ ਆ ਤਾਂ ਦੱਸੋ ਕੀ ਦੇ ਕਰਕੇ ਹੁੰਦਾ ਜੀ ਫੰਗਾਈ ਵਾਇਰਸ ਬੈਕਟੀਰੀਆ ਫਲਾਈਜ਼ ਤੁਸੀਂ ਉਹ ਐਗਜ਼ਾਮਪਲ ਜੀ ਵੀ ਐਗਜ਼ਾਮਪਲ ਕਹਿ ਰਹੀਆਂ ਮੈਂ ਤੁਹਾਨੂੰ ਤੁਸੀਂ ਐਡ ਜੀ ਵੀ ਦੇਖੀ ਹੋਣੀ ਰਿੰਗ ਆਰ ਇੱਕ ਆਪਣੇ ਕੋਲ ਟਿਊਬ ਜੀ ਆਂਦੀ ਉਹਦੇ ਵਿੱਚ ਦਿਖਾਉਂਦੇ ਆ ਨਾ ਕਿ ਮਤਲਬ ਇਹਦਾ ਸਰਕੂਲਰ ਦੀ ਸ਼ੇਪ ਦੇ ਵਿੱਚ ਮਤਲਬ ਟੋਜ਼ ਦੇ ਵਿੱਚ ਆਪਣੇ ਟੋਜ਼ ਦੇ ਦੋਨਾਂ ਮਤਲਬ ਫਿੰਗਰਸ ਦੇ ਵਿੱਚ ਕੀ ਕਹਿੰਦੇ ਆ ਆਪ ਨੂੰ ਇੱਕ ਇਨਫੈਕਸ਼ਨ ਜੀ ਹੋ ਜਾਂਦੀ ਹੈ ਉਹਨੂੰ ਕੀ ਕਹਿ ਦਿੰਨੇ ਆਪਾਂ ਰਿੰਗਵਾਰਮ ਕਹਿੰਦੇ ਆ ਤੇ ਕਿਹਦੇ ਕਰਕੇ ਹੁੰਦਾ ਹੈ ਜੀ ਫੰਝਾਈ ਵਾਇਰਸ ਬੈਕਟੀਰੀਆ ਜਾਂ ਫਿਰ ਫਲਾਈਜ਼ ਦੱਸੋ ਜੀ ਕਿਹਦੇ ਕਰਕੇ ਹੁੰਦਾ ਹੈ ਆਂਸਰ ਬਿਲਕੁਲ ਸਹੀ ਦੇ ਰਹੇ ਹੋ ਜੀ ਤੁਸੀਂ ਫੰਝਾਈ ਕਰਕੇ ਹੁੰਦਾ ਹੈ ਜੀ ਜਿਹਨੂੰ ਆਪਾਂ ਪੰਗਲ ਇਨਫੈਕਸ਼ਨ ਦੇ ਨਾਮ ਨਾਲ ਵੀ ਜਾਣਦੇ ਆ ਕਿਹਦੇ ਨਾਲ ਜਾਣਦੇ ਆ ਜੀ ਫੰਗਲ ਇਨਫੈਕਸ਼ਨ ਦੇ ਨਾਮ ਨਾਲ ਵੀ ਜਾਣਦੇ ਆ ਸੋਨਿਆ ਹੋਣਾ ਫੰਗਲ ਇਨਫੈਕਸ਼ਨ ਪੰਜਾਈ ਕਰਕੇ ਹੁੰਦਾ ਜੀ ਪੰਜਾਈ ਕਰਕੇ ਹੁੰਦਾ ਜੀ ਗੱਲ ਸਮਝ ਆ ਗਈ ਨੈਕਸਟ ਕੁਐਸਚਨ ਕਰੀਏ ਨੈਕਸਟ ਕੁਐਸਚਨ ਕਰੀਏ ਮੈਂਗੀ ਫੇਰਾ ਇੰਡੀਕਾ ਇਜ਼ ਅ ਸਾਇੰਟਿਫਿਕ ਨੇਮ ਆਫ ਕਹਿੰਦੇ ਮੈਂਗੀ ਫੇਰਾ ਇੰਡੀਕਾ ਕੀ ਦਾ ਸਾਇੰਟਿਫਿਕ ਨੇਮ ਹੈ ਗਵਾਵਾ ਅਮਰੂਦ ਮੰਗੋ ਆਮਲਾ ਜਾਂ ਫਿਰ ਜੈਕ ਫਰੂਟ ਇਹਨਾਂ ਚਾਰਾਂ ਚੋਂ ਕੀ ਦਾ ਸਾਇੰਟਿਫਿਕ ਨੇਮ ਹੈ ਜੀ ਮੈਂਗੀ ਫੇਰਾ ਇੰਡੀਕਾ ਦੱਸੋ ਜੀ ਮੈਂਗੀ ਫੇਰਾ ਇੰਡੀਕਾ ਕਿੰਦਾ ਸਾਇੰਟਿਫਿਕ ਨੇਮ ਹੈ ਕਿੰਦਾ ਸਾਇੰਟਿਫਿਕ ਨੇਮ ਹੈ ਗਵਾਵਾ ਮੰਗੋ ਆਮਲਾ ਜੈਕ ਫਰੂਟ ਨਾਮ ਤੋਂ ਹੀ ਪਤਾ ਲੱਗ ਜਾਂਦਾ ਮਹਿੰਗੀ ਫੇਰਾ ਤਾਂ ਮਹਿੰਗੀ ਦਾ ਕੀ ਹੋ ਜਾਏਗਾ ਮੰਗੇ ਹੋ ਜਾਏਗਾ ਨਾਮ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਕੀ ਦਾ ਹੋਏਗਾ ਜੀ ਮੰਗੇ ਦਾ ਹੋਏਗਾ ਕੀ ਦਾ ਹੋਏਗਾ ਜੀ ਮੰਗੇ ਦਾ ਹੋਏਗਾ ਠੀਕ ਹੈ ਜੀ ਮੰਗੇ ਦਾ ਸਾਇੰਟਿਫਿਕ ਨੇਮ ਕੀ ਹੁੰਦਾ ਜੀ ਮਹਿੰਗੀ ਫੇਰਾ ਇੰਡੀਕਾ ਇਹਨੇ ਸਮਝਾਉਣ ਵਾਲੀ ਤਾਂ ਕੋਈ ਗੱਲ ਹੈ ਨਹੀਂ ਜਸਟ ਨਾਮ ਯਾਦ ਹੀ ਰੱਖਨੇ ਹੈ ਜਸਟ ਨਾਮ ਤੁਸੀਂ ਯਾਦ ਰੱਖਨੇ ਹੈ ਚਲੋ ਜੀ ਨੈਕਸਟ ਕੁਐਸਚਨ ਕਰੀਏ

ਸ਼ਬਦ ਆਨਸਰ ਆਣਾ ਚਾਹੀਦਾ ਹਿਊਮਨ ਆਈਵੀ ਤੁਹਾਨੂੰ ਕਰਵਾ ਰੱਖਿਆ ਹੈ ਹਿਊਮਨ ਆਈਵੀ ਮੈਂ ਤੁਹਾਨੂੰ ਕਰਵਾਇਆ ਸੀ ਉਹਦੇ ਵਿੱਚ ਮਾਇਓਪੀਆ ਹਾਈਪਰਮੈਟਰੋਪੀਆ ਪ੍ਰੈਸਬਾਇਓਪੀਆ ਬਾਰੇ ਸਾਰੀ ਚੀਜ਼ਾਂ ਦੱਸਿਆ ਸੀ ਮੈਂ ਤੁਹਾਨੂੰ ਆਨਸਰ ਆਣਾ ਸ਼ੁਰੂ ਹੋ ਗਿਆ ਜੀ ਆਪਸ਼ਨ ਬੀ ਆਪਸ਼ਨ ਬੀ ਆਪਸ਼ਨ ਬੀ ਤੇ ਬਿਲਕੁਲ ਸਹੀ ਹੈ ਜੀ ਤੇ ਬਿਲਕੁਲ ਸਹੀ ਹੈ ਜੀ ਮਾਇਓਪੀਆ ਕੀ ਕਹਿੰਦੇ ਆ ਜੀ ਨੀਅਰ ਸਾਈਟਡਨੈਸ ਕੀ ਕਹਿੰਦੇ ਆ ਜੀ ਨੀਅਰ ਸਾਈਟਡਨੈਸ ਇਹਦਾ ਮਤਲਬ ਕੀ ਹੁੰਦਾ ਨੀਅਰ ਸਾਈਟਡ ਮਤਲਬ ਨੇੜੇ ਨੇੜੇ ਵਾਲਾ ਦਿਖ ਰਿਹਾ ਦੂਰ ਦਾ ਨਹੀਂ ਦਿਖਦਾ ਮਤਲਬ ਨੇੜੇ ਨੇੜੇ ਦਾ ਦਿਖ ਰਿਹਾ ਦੂਰ ਦਾ ਨਹੀਂ ਦਿਖ ਰਿਹਾ ਇਟ ਮੀਨਸ ਦੂਰ ਦੀ ਨਿਗਾਹ ਸਹੀ ਨਹੀਂ ਹੈ ਦੂਰ ਦੀ ਨਿਗਾਹ ਖਰਾਬ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਜੀ ਮਾਇਓਪੀਆ ਕਹਿੰਦੇ ਆ ਜੀ ਕੀ ਕਹਿੰਦੇ ਆ ਆਪਾਂ ਮਾਇਓਪੀਆ ਦੱਸੋ ਜੀ ਗੱਲ ਸਮਝ ਆ ਗਈ ਨੀਅਰ ਸਾਈਟਡਨੈਸ ਤੇ ਇਸੇ ਤਰ੍ਹਾਂ ਆਪਣੇ ਕੋਲ ਇੱਕ ਹਾਈਪਰਮੈਟਰੋਪੀਆ ਵੀ ਹੁੰਦਾ ਹੈ ਹਾਈਪਰ ਮੈਟਰੋਪੀਆ ਵੀ ਹੁੰਦਾ ਹੈ ਹਾਈਪਰ ਮੈਟਰੋਪੀਆ ਨੂੰ ਆਪਾਂ ਕੀ ਕਹਿੰਦੇ ਆ ਜੀ ਫਾਰ ਸਾਈਟਡਨੈਸ ਕੀ ਕਹਿੰਦੇ ਆ ਜੀ ਫਾਰ ਸਾਈਟਡਨੈਸ ਹੁਣ ਫਾਰ ਸਾਈਟਡਨੈਸ ਦਾ ਮਤਲਬ ਫਾਰ ਫਾਰ ਮਤਲਬ ਦੂਰ ਦੂਰ ਦਾ ਦਿਖ ਰਿਹਾ ਨੇ ਨੇੜੇ ਦਾ ਕੁਛ ਨਹੀਂ ਦਿਖ ਰਿਹਾ ਦੂਰ ਦੂਰ ਦਾ ਦਿਖ ਰਿਹਾ ਨੇ ਨੇੜੇ ਦਾ ਨਹੀਂ ਦਿਖ ਰਿਹਾ ਮਤਲਬ ਨੇੜੇ ਵਾਲੀ ਨਿਗਾ ਖਰਾਬ ਹੈ نزدیکی ਨਿਗਾ ਖਰਾਬ ਹੈ ਤੋ ਉਹਨੂੰ ਕੀ ਕਹਿੰਦੇ ਆ ਜੀ ਹਾਈਪਰ ਮੈਟਰੋਪੀਆ ਤੇ ਇੱਕ ਪ੍ਰੈਸ ਬਾਇਓਪੀਆ ਵੀ ਦੱਸਿਆ ਸੀ ਜੀ ਤੁਹਾਨੂੰ ਪ੍ਰੈਸ ਬਾਇਓਪੀਆ ਪ੍ਰੈਸ ਬਾਇਓਪੀਆ ਦੱਸਿਆ ਸੀ ਜੀ ਤੁਹਾਨੂੰ ਪ੍ਰੈਸ ਬਾਇਓਪੀਆ ਕੀ ਹੁੰਦਾ ਜੀ ਜਦੋਂ ਨੇੜੇ ਵਾਲੀ ਵੀ ਨਿਗਾ ਖਰਾਬ ਹੋ ਜਾਂਦੀ ਏ ਦੂਰ ਵਾਲੀ ਵੀ ਖਰਾਬ ਹੋ ਜਾਂਦੀ ਮਤਲਬ ਕੁਝ ਨਹੀਂ ਰਹਿੰਦਾ ਨੇੜੇ ਵਾਲੀ ਵੀ ਖਰਾਬ ਹੋ ਜਾਂਦੀ ਦੂਰ ਵਾਲੀ ਵੀ ਖਰਾਬ ਹੋ ਜਾਂਦੀ ਤੇ ਇਹ ਨਾਰਮਲੀ 올ਡ ਏਜ ਦੇ ਵਿੱਚ ਹੁੰਦਾ ਜਦੋਂ ਸਿਲੀਅਰੀ ਮਸਲਸ ਕਮਜ਼ੋਰ ਹੋ ਜਾਂਦੀਆਂ ਨੇ ਆਪਣੀ ਆਈਜ਼ ਦੀਆਂ ਉਦੋਂ ਪ੍ਰੈਸ ਬਾਇਓਪੀਆ ਹੋ ਜਾਂਦੇ ਮੈਂ ਨਾਰਮਲੀ ਕਿਹਾ ਹੈ ਕਿ ਮਤਲਬ ਨਾਰਮਲੀ ਉਦੋਂ ਹੀ ਹੁੰਦਾ ਗੱਲ ਸਮਝ ਆ ਗਈ ਇੱਕ ਐਸਟੀਗਮ ਐਸਟੀਗਮਟਿਜ਼ਮ ਲਿਖਿਆ ਇੱਥੇ ਜੀ ਐਸਟੀਗਮਟਿਜ਼ਮ ਐਸਟੀਗਮੇਟਿਜ਼ਮ ਦੇ ਵਿੱਚ ਕੀ ਹੁੰਦਾ ਹੈ ਇਹ ਲਾਈਨਸ ਮਤਲਬ ਪੈਰਲਲ ਲਾਈਨਸ ਉਹ ਮੰਨ ਲਓ ਇਹਨਾਂ ਨੂੰ ਵਰਟੀਕਲ ਲਾਈਨਸ ਹਰੀਜ਼ੋਂਟਲ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਰੀਜ਼ੋਂਟਲ ਲਾਈਨਸ ਇਦਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਉਹਨੂੰ ਕੀ ਕਹਿੰਦੇ ਆ ਜੀ ਐਸਟੀਗਮਟਿਜ਼ਮ ਮਤਲਬ ਉਹ ਹਰੀਜ਼ੋਂਟਲ ਤੇ ਵਰਟੀਕਲ ਲਾਈਨਸ ਦੇ ਵਿੱਚ ਡਿਫਰੈਂਸ਼ੀਏਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਹਰੀਜ਼ੋਂਟਲ ਤੇ ਆਪਣੇ ਕੋਲ ਵਰਟੀਕਲ ਲਾਈਨਸ ਦੇ ਵਿੱਚ ਡਿਫਰੈਂਸ਼ੀਏਟ ਕਰਨਾ ਉਹਨਾਂ ਦਾ ਮੁਸ਼ਕਿਲ ਹੋ ਜਾਂਦਾ ਹੈ ਗੱਲ ਸਮਝ ਆ ਗਈ ਨਾਈਟ ਬਲਾਈਂਡਨੈਸ ਮਤਲਬ ਮਤਲਬ ਬਲਾਈਂਡਨੈਸ ਦਾ ਕੀ ਹੁੰਦਾ ਦਿਖਣਾ ਹੀ ਬੰਦ ਹੋ ਜਾਏ ਹਨੇਰੇ ਚ ਦਿਖਦਾ ਹੀ ਨਹੀਂ ਕੁਝ ਗੱਲ ਸਮਝ ਆ ਗਈ ਐ ਨਹੀਂ 18ਵਾਂ ਨੰਬਰ ਮਾਇਓਪੀਆ ਕੀ ਹੁੰਦਾ ਹਾਈਪਰਮੈਟਰੋਪੀਆ ਕੀ ਹੁੰਦਾ ਪ੍ਰੈਸਬਾਇਓਪੀਆ ਕੀ ਹੁੰਦਾ ਤੇ ਸਟਿਗਮਟਿਜ਼ਮ ਕੀ ਹੁੰਦਾ ਚਲੋ ਜੀ ਨੈਕਸਟ ਕੁਐਸਚਨ ਦੇਖਦੇ ਹਾਂ ਹੂ ਇਜ਼ ਦ ਹੂ ਇਜ਼ ਨੋਨ ਐਸ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਗ੍ਰੀਨ ਰੈਵੋਲੂਸ਼ਨ ਦਾ ਫਾਦਰ ਕੌਣ ਹੈ ਜੀ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਕਿ ਕਿਨੂੰ ਕਿਹਾ ਜਾਂਦਾ ਹੈ ਦੱਸੋ ਜੀ ਗ੍ਰੀਨ ਰੈਵੋਲੂਸ਼ਨ ਦਾ ਫਾਦਰ ਕਿਹਨੂੰ ਕਿਹਾ ਜਾਂਦਾ ਹੈ ਗ੍ਰੀਨ ਰੈਵੋਲੂਸ਼ਨ ਦੇਖੋ ਗ੍ਰੀਨ ਰੈਵੋਲੂਸ਼ਨ ਕੀ ਹੋਇਆ ਸੀਗਾ ਕੀ ਮਤਲਬ 19 99 60s ਦੀ ਗੱਲ ਹੈ ਸ਼ਾਇਦ ਠੀਕ ਹੈ 1960s ਦੀ ਗੱਲ ਹੈ ਸ਼ਾਇਦ 1966 ਡੌਨ ਨੂੰ ਐਗਜੈਕਟ ਡੇਟ ਨਹੀਂ ਈਅਰ ਨਹੀਂ ਪਤਾ ਮੈਨੂੰ ਬਟ ਇਹ ਗ੍ਰੀਨ ਰੈਵੋਲੂਸ਼ਨ ਚ ਕੀ ਹੋਇਆ ਸੀਗਾ ਕਿ ਇਹਨਾਂ ਨੇ ਐਚਵਾਈਵੀ ਸੀਡਸ ਮਤਲਬ ਹਾਈ ਈਲਡ ਵੈਰਾਈਟੀ ਸੀਡਸ ਲੈ ਆਏ ਸੀਗੇ ਮੈਕਸੀਕੋ ਤੋਂ ਕਿੱਥੋਂ ਤੋਂ ਲੈ ਕੇ ਆਗੇ ਸੀ ਤੇ ਮੈਕਸੀਕੋ ਤੋਂ ਤਾਂ ਉਹਦੇ ਚ ਕੀ ਹੋਇਆ ਸੀ ਆਪਣੀ ਐਗਰੀਕਲਚਰ ਦੀ ਪ੍ਰੋਡਕਸ਼ਨ ਵਧਾਉਣ ਵਾਸਤੇ ਆਪਣੀ ਵੀਟ ਦੀ ਪ੍ਰੋਡਕਸ਼ਨ ਵਧਾਉਣ ਵਾਸਤੇ ਇਹਨਾਂ ਨੇ ਐਚਵਾਈਵੀ ਸੀਡਸ ਦਾ ਯੂਜ਼ ਕੀਤਾ ਸੀ ਉਸੇ ਰੈਵੋਲੂਸ਼ਨ ਨੂੰ ਗ੍ਰੀਨ ਰੈਵੋਲੂਸ਼ਨ ਦਾ ਨਾਮ ਦਿੱੰਨੇ ਹੈ ਜੀ ਹਾਂਜੀ 1966 ਸੀ ਸੀ ਸ਼ਾਇਦ ਹਾਂ ਸਹੀ ਬੋਲੀ ਸੀ ਮੈਂ 1966 ਸੀ ਗ੍ਰੀਨ ਰੈਵੋਲੂਸ਼ਨ ਉਹਨੂੰ ਕਿਹਾ ਜਾਂਦਾ ਹੈ ਤਾਂ ਉਹ ਕੌਣ ਸੀ ਉਹਦਾ ਫਾਦਰ ਨਾਰਮਨ ਈ ਬਰਲੌਗ ਕੌਣ ਸੀ ਜੀ ਨਾਰਮਨ ਈ ਬਰਲੌਗ ਇਹ ਤਾਂ ਕੀ ਸੀ ਮਤਲਬ ਵਰਲਡ ਵਾਈਡ ਤੇ ਸੀ ਆਪਣੇ ਇੰਡੀਆ ਦਾ ਕੌਣ ਸੀ ਜੀ ਇੰਡੀਆ ਬਾਰੇ ਦੱਸ ਦਿਓ ਜੀ ਇੰਡੀਆ ਦਾ ਕੌਣ ਸੀ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਆਪਣੇ ਇੰਡੀਆ ਦੇ ਵਿੱਚ ਪਤਾ ਹੋਣਾ ਚਾਹੀਦਾ ਜੀ ਤੁਹਾਨੂੰ ਨਾਮ ਨਾਮਨੀ ਬਰਲੌਕ ਤਾਂ ਮਤਲਬ ਵਰਲਡਵਾਈਡ ਨੋਨ ਸੀਗਾ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਮੈਂ 1916 ਹੀ ਕਿਹਾ 60ਸ ਕੇ 60ਸ ਦਾ ਇਨ ਦਾ ਸੈਂਸ ਮਤਲਬ ਉਹਦੇ ਅੱਗੇ ਪਿੱਛੇ ਜੋ ਵੀ ਮਤਲਬ ਈਅਰ ਅੱਗੇ ਆ ਜਾਏਗਾ ਉਹ ਕਿਹਾ ਹੈ 60 ਨਹੀਂ ਕਿਹਾ ਮੈਂ हां जी बिल्कुल सही कह रहे हो जी बिल्कुल सही कह रहे हो एम एस स्वामीनाथन इंडिया ਦੇ ਵਿੱਚ ਕੌਣ ਸੀ ਜੀ ਐਮ ਐਸ ਸੁਆਮੀਨਾਥਨ ਤਾਂ ਇੰਪੋਰਟੈਂਟ ਗੱਲ ਸੀ ਜੀ ਤਾਂ ਮੈਂ ਤੁਹਾਨੂੰ ਤਾਂ ਦੱਸਣਾ ਜ਼ਰੂਰੀ ਸਮਝਿਆ ਐਮ ਐਸ ਸੁਆਮੀਨਾਥਨ ਐਮ ਐਸ ਸੁਆਮੀਨਾਥਨ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਜੀ ਅੱਗੇ ਦੇਖੋ ਜੀ ਪੈਂਥੇਰਾ ਟਿਗਰਿਸ ਸਾਇੰਟਿਫਿਕ ਨੇਮ ਕੀਂਦਾ ਹੈ ਪੈਂਥੇਰਾ ਟਿਗਰਿਸ ਸਾਇੰਟਿਫਿਕ ਨੇਮ ਕੀਂਦਾ ਹੈ ਪੰਥਰ ਦਾ ਟਾਈਗਰ ਦਾ ਬੇਲ ਦਾ ਜਾਂ ਫਿਰ ਗੋਟ ਦਾ ਦੱਸੋ ਜੀ ਦੱਸੋ ਜੀ ਪੈਂਥੇਰਾ ਟਿਗਰਿਸ ਕੀ ਦਾ ਸਾਇੰਟਿਫਿਕ ਨੇਮ ਹੈ ਆ ਜਿਹੜੇ ਵੀ ਜਨਰਲ ਸਾਇੰਸ ਦੇ ਕੁਐਸਚਨ ਹੈ ਜ਼ਰੂਰੀ ਨਹੀਂ ਹੈ ਕਿ ਪੀਪੀ ਵੈਸੇ ਪੀਪੀ ਐਸਸੀ ਵਿੱਚ ਵੀ ਹੀ ਆਣਗੇ ppsc ਵਿੱਚ ਨਹੀਂ ਆਣੀ ਹੈ مطلب ਇਹਨੂੰ ਜਨਰਲ ਸਾਇੰਸ ਦੇ ਕੁਐਸਚਨ ਸਮਝ ਕੇ ਕਿਸੇ ਵੀ ਐਗਜ਼ਾਮ ਵਿੱਚ ਪਾਇਆ ਜਾ ਸਕਦਾ ਹੈ ਤੇ ਇਦਾਂ ਨਾ ਸੋਚੋ ਕਿ ਮਤਲਬ ਕੱਲੇ ppsc ਵਾਸਤੇ ਹੀ ਇੰਪੋਰਟੈਂਟ ਹੈ ਹਰ ਐਗਜ਼ਾਮ ਵਾਸਤੇ ਇੰਪੋਰਟੈਂਟ ਹੁੰਦੇ ਨਹੀਂ ਜੀ ਜਨਰਲ ਸਾਇੰਸ ਸਾਇੰਸ ਤੁਹਾਨੂੰ ਪਤਾ ਹੈ ਇੰਪੋਰਟੈਂਟ ਹੈ ਹੀ ਪੈਂਥੇਰਾ ਟਿਗਰਿਸ ਬਿਲਕੁਲ ਸਹੀ ਕਹਿ ਰਹੇ ਹੋ ਜੀ ਟਾਈਗਰ ਦਾ ਹੁੰਦਾ ਜੀ ਟਾਈਗਰ ਦਾ ਪੈਂਥੇਰਾ ਦੇਖ ਕੇ ਪੈਂਥਰ ਤੇ ਨਾ ਲਾ ਦਿਓ ਟਿਗਰਿਸ ਤੋਂ ਲਗਾ ਲਿਓ ਟਿਗਰਿਸ ਦਾ ਮਤਲਬ ਟਾਈਗਰ ਪੈਂਥੇਰਾ ਟਿਗਰਿਸ ਕੀ ਦਾ ਨਾਮ ਹੈ ਜੀ ਟਾਈਗਰ ਦਾ ਨਾਮ ਹੈ ਜੀ ਸਾਇੰਟਿਫਿਕ ਨੇਮ ਦੇਖੋ ਅੱਜ ਮੈਂ ਜਿੰਨੇ ਵੀ ਤਿੰਨ ਚਾਰ ਨਾਮ ਦੱਸਦੇ ਤੁਸੀਂ ਉਹ ਕੀ ਕਰ ਲੈਨੇ ਜੀ ਨੋਟ ਕਰ ਲੈਨੇ ਨੋਟ ਕਰ ਲੋਗੇ ਤਾਂ ਤੁਹਾਨੂੰ ਇੱਕ ਦੋ ਵਾਰ ਦੇਖ ਲਓਗੇ ਜੀ ਜੇ ਇੱਕ ਦੋ ਵਾਰ ਦੇਖ ਲਓਗੇ ਤੁਹਾਡੇ ਦਿਮਾਗ 'ਚ ਬੈਣਾ ਸ਼ੁਰੂ ਹੋ ਜਾਏਗਾ ਜਿਵੇਂ ਕਿ ਮਹੰਗੀ ਫੇਰਾ ਕਰਿਆ ਸੀ ਮਹੰਗੀ ਫੇਰਾ ਨਾਮ ਤੋਂ ਪਤਾ ਲੱਗ ਜਾਂਦਾ ਮੰਗੋ ਦਾ ਹੈਗਾ ਇਹਦਾ ਕੀ ਦਿਖੇ ਪੈਂਥੇਰਾ ਡਿਗਰੀਜ਼ ਦੇ ਨਾਮ ਤੋਂ ਪਤਾ ਲੱਗ ਜਾਂਦਾ ਟਾਈਗਰ ਦਾ ਹੈ ਤਾਂ ਮਤਲਬ ਇਹ ਚੀਜ਼ਾਂ ਤੁਸੀਂ ਇੱਕ ਵਾਰ ਨੋਟ ਕਰ ਲੋਗੇ ਤਾਂ ਤੁਹਾਡੇ ਦਿਮਾਗ 'ਚ ਹੋਰ ਵੀ ਬਹਿ ਜਾਣਗੀਆਂ ਕੱਲ ਸਮਝ ਆਈ ਜਾਂ ਨਹੀਂ ਆਈ ਕੱਲ ਸਮਝ ਆਈ ਜਾਂ ਨਹੀਂ ਆਈ ਜੇ ਗੱਲ ਸਮਝ ਆ ਗਈ ਤਾਂ ਮੈਨੂੰ ਸਾਰੇ ਦੱਸ ਦੋ ਕਿ ਤੁਹਾਨੂੰ ਸਾਰੇ ਕੁਐਸਚਨ ਸਮਝ ਆ ਗਏ ਹੈ ਜਾਂ ਨਹੀਂ ਆਏ ਤਾਂ ਮੈਨੂੰ ਇਹ ਵੀ ਜ਼ਰੂਰ ਦੱਸੋ ਕਿ ਤੁਹਾਨੂੰ ਅੱਜ ਦੀ ਕਲਾਸ ਕਿਵੇਂ ਲੱਗੀ ਬਿਕੋਜ਼ ਅੱਜ ਸੀਗਾ ਆਪਣਾ ਐਮਸੀਕਿਊ ਸੈਸ਼ਨ ਮਤਲਬ ਮੈਂ ਓਵਰਆਲ ਬਾਇਓ ਦੇ ਕੁਐਸਚਨਸ ਚੱਕ ਲਏ ਹੈ ਮਤਲਬ ਓਵਰਆਲ ਬਾਇਓ ਦੇ ਕੁਐਸਚਨਸ ਚੱਕੇ ਹੈ ਜੀ ਮੈਂ ਕਿ ਤੁਹਾਨੂੰ ਇਹ ਚੀਜ਼ ਸਹੀ ਲੱਗ ਰਹੀ ਹੈ ਮਤਲਬ ਕੁਐਸਚਨਸ ਦੇ ਨਾਲ ਤੁਹਾਨੂੰ ਪ੍ਰੈਕਟਿਸ ਵਧੀਆ ਹੋ ਜਾਏਗੀ ਤਾਂ ਮੈਂ ਇਹੀ ਸੋਚਿਆ ਕਿ ਮੈਂ ਤੁਹਾਨੂੰ ਮਤਲਬ ਡੇਲੀ ਦੇ ਇੰਨੇ ਇੰਨੇ ਕੁਐਸ਼ਨਸ ਕਰਵਾ ਦਿਆ ਕਰਾਂ ਜਿਦੇ ਨਾਲ ਤੁਹਾਨੂੰ ਨਿਊ ਗੱਲਾਂ ਵੀ ਪਤਾ ਲੱਗਣਗੀਆਂ ਮਤਲਬ ਜਨਰਲ ਸਾਇੰਸ ਦੇ ਕੁਐਸ਼ਨਸ ਵੀ ਕਵਰ ਹੋ ਜਾਣਗੇ ਜੀ ਇਦਾਂ ਚੱਲ ਪਈਏ ਥੋੜੇ ਟਾਈਮ ਲਈ ਜਿਹੜੇ ਬੋਰ ਹੋਏ ਪਏ ਸੀ ਥਿਉਰੀ ਤੋਂ ਉਹ ਐਟਲੀਸਟ ਉਹਨਾਂ ਦਾ ਇੰਟਰਸਟ ਬਣਨਾ ਸ਼ੁਰੂ ਹੋ ਜਾਏਗਾ ਜੀ ਉਹਨਾਂ ਐਟਲੀਸਟ ਉਹਨਾਂ ਦਾ ਇੰਟਰਸਟ ਬਣ ਜਾਏਗਾ ਜੀ ਠੀਕ ਹੈ ਜੀ ਫਿਰ ਆਪਾਂ ਇਹੀ ਇਦਾਂ ਦੇ ਹੀ ਸੈਸ਼ਨ ਚਲਾਨਨੇ ਆ ਜੀ ਥੋੜੇ ਟਾਈਮ ਲਈ ਕਿ ਮਤਲਬ ਜਿੰਨਾ ਟਾਈਮ ਚੱਲੋ ਜਿੰਨਾ ਟਾਈਮ ਚੱਲਦੇ ਆਪਾਂ ਮੈਕਸਿਮ ਟੂ ਮੈਕਸਿਮ ਬਾਇਓ ਦੇ ਕੁਐਸ਼ਨਸ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਆਪਾਂ ਆਪਣਾ ਨਵਾਂ ਟੌਪਿਕ ਸ਼ੁਰੂ ਕਰ ਦਾਂਗੇ ਜਿਵੇਂ ਕਿ ਕੈਮਿਸਟਰੀ ਕਹਾਂਗੇ ਕੈਮਿਸਟਰੀ ਕਰਾ ਦਾਂਗੇ ਫਿਜ਼ਿਕਸ ਕਹਾਂਗੇ ਫਿਜ਼ਿਕਸ ਕਰਾ ਦਾਂਗੇ ਠੀਕ ਹੈ ਜੀ ਟੈਸਟ ਵੀ ਲੈ ਲਾਂਗੇ ਕੋਈ ਟੈਨਸ਼ਨ ਨਾ ਲਓ ਤੁਸੀਂ ਕੇ ਤੁਹਾਨੂੰ ਸੈਸ਼ਨ ਪਸੰਦ ਆਂਦਾ ਹੈ ਜੀ ਤਾਂ ਸੈਸ਼ਨ ਨੂੰ ਸ਼ੇਅਰ ਕਰ ਦਿਓ ਜੀ ਸੈਸ਼ਨ ਨੂੰ ਲਾਈਕ ਕਰ ਦਿਓ at the end at the end ਜਦੋਂ ਸੈਸ਼ਨ ਖਤਮ ਹੁੰਦਾ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਲਾਸ ਕਿਵੇਂ ਲੱਗਦੀ ਹੈ ਜੀ ਕਿਉਂਕਿ ਦੇਖੋ ਇੱਥੇ ਤੁਸੀਂ ਦੱਸ ਦੋਗੇ ਇਸ ਮੈਨੂੰ ਪਤਾ ਲੱਗੇਗਾ ਜੀ ਇਹ ਮੈਨੂੰ ਪਤਾ ਲੱਗੇਗਾ ਜੇ ਤੁਸੀਂ ਅਗਰ ਕਮੈਂਟ ਦੇ ਵਿੱਚ ਦੱਸੋਗੇ ਕਿ ਹਾਂ ਦੂਸਰੇ ਬੱਚਿਆਂ ਨੂੰ ਵੀ ਲੱਗੇਗਾ ਕਿ ਹਾਂ ਕਲਾਸ ਸੀਰੀਅਸਲੀ ਵਧੀਆ ਹੈ ਤਾਂ ਇਹਨੂੰ ਦੇਖਣਾ ਚਾਹੀਦਾ ਹੈ ਤਾਂ ਮਤਲਬ ਹੋਰ ਵੀ ਬੱਚਿਆਂ ਦਾ ਫਾਇਦਾ ਹੋ ਸਕੇ ਜੀ ਤਾਂ ਫਿਰ ਅਗਰ ਤੁਹਾਨੂੰ ਸੈਸ਼ਨ ਠੀਕ ਲੱਗ ਗਿਆ ਤਾਂ ਸੈਸ਼ਨ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਜੀ ਤੇ ਅੱਜ ਦਾ ਸੈਸ਼ਨ ਆਪਣਾ ਇੱਥੋਂ ਤੱਕ ਦਾ ਹੀ ਸੀ ਇਹ ਆਪਣੇ 2-3 ਮੈਚਸ ਹੈ 트리플 ਐਸਬੀ ਕਲਰਕ ਟ੍ਰਿਪ ਐਕਸਾਈਜ਼ ਇਨਸਪੈਕਟਰ ਤੱਕ ਪੀਪੀਐਸਸੀ ਪੀਪੀਐਸਸੀ ਦੇ ਵਿੱਚ ਜਿਹਦੇ ਵਿੱਚ ਆਪਾਂ ਬਹੁਤ ਹੀ ਡੀਪਲੀ ਕਰਾਂਗੇ ਸਾਰਾ ਕੁਝ 트리플 ਐਸਬੀ ਕਲਰਕ ਦਾ ਐਕਸਾਈਜ਼ ਇਨਸਪੈਕਟਰ ਦਾ ਤੇ ਪੀਪੀਐਸਸੀ ਦਾ ਤਾਂ ਅਗਰ ਤੁਸੀਂ ਇਹਨਾਂ ਚ ਬੈਚ ਪਰਚੇਸ ਕਰਨਾ ਹੈ ਤਾਂ वाई 564 ਮੇਰਾ ਕੋਡ ਹੈ ਤੁਸੀਂ ਲਗਾ ਸਕਦੇ ਹੋ ਮੈਕਸਿਮਮ ਡਿਸਕਾਊਂਟ ਮਿਲ ਸਕਦਾ ਹੈ ਜੀ ਉਸ ਤੋਂ ਬਾਅਦ ਇਹ ਆਪਣੀ ਐਪ ਹੈ ਜੀ EDA247 ਦੀ ਇਹਨੂੰ ਡਾਊਨਲੋਡ ਕਰੋਗੇ ਤਾਈਓ ਕੁਝ ਹੋਏਗਾ ਤੇ ਅੱਜ ਦੇ ਲਈ ਸਭ ਦਾ ਧੰਨਵਾਦ ਜਿਨ੍ਹਾਂ ਨੇ ਸੈਸ਼ਨ ਇੱਥੋਂ ਤੱਕ ਅਟੈਂਡ ਕੀਤਾ ਜਿਹੜੇ ਸੈਸ਼ਨ ਦੇ ਵਿੱਚ ਇੱਥੋਂ ਤੱਕ ਬਨੇ ਰਹੇ ਉਹਨਾਂ ਦਾ ਸਾਰਿਆਂ ਦਾ ਜੀ ਧੰਨਵਾਦ ਸਾਰਿਆਂ ਦਾ ਧੰਨਵਾਦ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੋਇਆ ਤੁਸੀਂ ਮੈਨੂੰ ਦੱਸ ਦਿਓ ਜੀ ਕੋਈ ਪ੍ਰੋਬਲਮ ਹੈਗੀ ਉਹ ਦੱਸ ਦਿਓ ਕਿਸੇ ਨੂੰ ਕੋਈ ਡਾਊਟ ਹੈਗਾ ਉਹ ਦੱਸ ਦਿਓ ਜੇ ਓਵਰঅল ਕਲਾਸ ਵਧੀਆ ਲੱਗੀ ਤੋਂ ਤੁਸੀਂ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਮੈਨੂੰ ਜੀ ਠੀਕ ਹੈ ਜੀ ਫਿਰ ਅੱਜ ਦੇ ਲਈ ਧੰਨਵਾਦ ਸਾਰਿਆਂ ਦਾ ਸਭ ਨੂੰ ਜੀ ਸਤਿ ਸ਼੍ਰੀ ਅਕਾਲ